ਮੈਨੂੰ ਦਿਖਾਵਾ ਕਰਨ ਦੀ ਜਿੰਨੇ ਜੋਗੀ ਮੈਂ ਸੀਗੀ ਠੀਕ ਹੈ ਜੀ ਮੈਂ ਕੀਤਾ ਅਸੀਂ ਗੁਰਦੁਆਰਾ ਸਾਹਿਬ ਜਾਣਾ 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 ਜੀ ਕਿਉਂ ਦਿਖਾਵਾ ਕਰਦੇ ਹੋ ਜਾਣਾ ਜਾਓ ਠੀਕ ਹੈ ਤੁਸੀਂ ਕਹਿ ਕਿਉਂ ਰਹੇ ਹੋ ਮੱਥਾ ਟੇਕਣ ਜਾਣਾ ਵਿਓ ਮੇਰੇ ਰਾਤੋ ਰਾਤ ਵੀ ਬੱਸ ਸਕਦੇ ਸੀਗੇ ਕੰਪਨੀ ਮੈਂ ਵਧੀਆ ਮੈਂ ਨਵੀਂ ਕੰਪਨੀ ਦੇ ਨਾਲ ਤੁਰੀ ਜਿੰਨੇ ਵੀ ਹੋਏ ਵਿਓ ਮੇਰੇ ਜੈਨੂਨ ਹੋਏ ਉਹ ਰਹੇ ਨਗੋਚਾਂ ਕਰਦੀ ਵੇ ਮੈਂ ਰਹੀ ਬਥੇਰਾ ਜਰਦੀ ਉਹ ਰਹੇ ਨਗੋਚਾਂ ਕਰਦੀ ਵੇ ਮੈਂ ਰਹੀ ਬਥੇਰਾ ਜਰਦੀ ਮੈਨੂੰ ਲੱਗਦਾ ਇੱਕ ਦਿਨ ਫੜਕੇ ਮੈਨੂੰ ਲੱਗਦਾ ਇੱਕ ਦਿਨ ਫੜਕੇ ਉਹਦੀ ਰੇਲ ਬਣਾਉਣੀ ਪਉ ਤੇਰੇ ਮਾ ਬੋਤਾ ਸਿਰ ਤੇਰੇ ਮਾ ਬੋਤਾ ਸਿਰ ਚੜ ਗਈ ਵੇ ਕਦਿ ਲੱਗਦਾ ਲਾਉਣੀ ਪਉ ਤੇਰੇ ਮਾ ਬੋਤਾ ਸਿਰ ਚੜ ਗਈ ਵੇ ਕਦਿ ਲੱਗਦਾ ਲਾਉਣੀ ਪਉ ਜ਼ਿੰਦਗੀ ਦੀ ਕਿਤਾਬ ਨਾ ਬਣ ਸਕਿਆ ਉਹਦੇ ਵਰਕੇ ਬਣਨਾ ਚਾਹੁੰਦਾ ਹਾਂ ਜੋ ਜਿੱਤ ਕੇ ਸ਼ਾਇਦ ਨਾ ਮਿਲਿਆ ਉਹ ਹਰ ਕੀ ਚਰਨਾ ਚਾਹੁੰਦਾ ਹਾਂ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਆਰਡੀ ਬੱਬੀ ਅੱਜ ਜਿਸ ਕਲਾਕਾਰ ਜਿਸ ਫਨਕਾਰ ਦੇ ਨਾਲ ਮੁਲਾਕਾਤ ਕਰਵਾ ਰਹੇ ਹਾਂ ਤੁਹਾਡੀ ਉਹ ਬੁਲੰਦ ਆਵਾਜ਼ ਜੋ ਅੱਜ ਕੱਲ ਆਪਣੇ ਸੋਲੋ ਤੇ ਆਪਣੇ ਡਿਊਟ ਗੀਤਾਂ ਦੇ ਨਾਲ ਛਾਏ ਹੋਏ ਨੇ ਮੇਰੀ ਮਰਾਦ ਉਸ ਸੁਰੀਲੀ ਮੋਟਿਆਰ ਤੋਂ ਉਸ ਸਰੀਲੇ ਆਵਾਜ਼ ਤੋਂ ਤੁਹਾਡੇ ਸਾਹਮਣੇ आलिया ਖਾਨ ਸਤਿ ਸ਼੍ਰੀ ਅਕਾਲ ਜੀ आलिया ਜੀ ਸਤਿ ਸ਼੍ਰੀ ਅਕਾਲ ਜੀ ਸਾਂਝ ਆਪਣਾ ਚੈਨਲ ਦੇ ਵੇੜੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ so much ਜੀ ਸਾਂਝ ਆਪਣਾ ਚੈਨਲ ਦੀ ਪੂਰੀ ਟੀਮ ਨੂੰ ਤੇ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੇਰਾ ਵੀ ਇੰਟਰਵਿਊ ਕੀਤਾ ਜਾਵੇ। ਥੈਂਕ ਯੂ so much। ਜੀ। ਅ आलिया ਜੀ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਜਨਮ ਤੁਹਾਡੇ ਪਿਛੋਕੜ ਬਾਰੇ ਸਾਨੂੰ ਪਹਿਲਾਂ ਸਾਰੇ ਸਰੋਤਿਆਂ ਨਾਲ ਸਾਂਝਾ ਕਰੋ। ਹਾਂਜੀ ਜ਼ਰੂਰ ਜੀ। ਮੇਰਾ ਜਨਮ ਹੋਇਆ ਜੀ ਮਲੇਰਕੋਟਲਾ। ਅਸੀਂ ਇੱਥੇ ਦੇ ਬੇਸਿਕਲੀ ਜੱਦੀ ਯਾਨੀ ਕਿ ਮਲੇਰਕੋਟਲਾ ਦੀ ਮੇਰੀ ਪਦائش ਹੈਗੀ ਆ ਮੇਰੀ ਮਾਤਾ ਦਾ ਨਾਮ ਸ਼ਹਿਨਾਜ਼ ਬੀਗਮ ਪਿਤਾ ਦਾ ਨਾਮ ਮੁਹੰਮਦ ਰਫੀ ਸੋ ਮੈਨੂੰ ਸਕੂਲ ਟਾਈਮ ਤੋਂ ਹੀ ਬਸ ਗਾਣੇ ਦਾ ਸ਼ੌਂਕ ਪੈ ਗਿਆ ਸੀ ਜੀ ਤੁਹਾਡੀ ਫਿਰ ਜਿਹੜੀ ਅਗਲੀ ਪੜ੍ਹਾਈ ਬਾਰੇ ਸਾਨੂੰ ਹਾਂਜੀ ਮੈਂ ਪਲੱਸ 2 ਹੀ ਕੀਤੀ ਹੈ ਕਿਉਂਕਿ ਪੜ੍ਹਾਈ 'ਚ ਮੇਰਾ ਹੱਥ ਬੜਾ ਟਾਈਟ ਹੀ ਰਿਹਾ ਸੀਗਾ ਚਿੜਕੀਆਂ ਹੀ ਖਾਦੀਆਂ ਪ੍ਰਿੰਸੀਪਲ ਤੋਂ ਵੈਸੇ ਐਕਸਟਰਾ ਵੀ ਕੌਣ ਦੇ ਜਿਆਦਾ ਹੋਸੀ ਪੜਾਈ ਵਾਲੇ ਬਿਲਕੁਲ ਧਿਆਨ ਨਹੀਂ ਗਾਣਾ ਨੱਚਣਾ ਤੇ ਬੈਡਮਿੰਟਨ ਤੇ ਵੀ ਮੈਂ ਸਟੇਟ ਲੈਵਲ ਜਿੱਤੀ ਹੋਈ ਆ ਤੇ ਬੈਡਮਿੰਟਨ ਚ ਤੇ ਜ਼ਿਆਦਾਤਰ ਯਾਨਕਿ ਪ੍ਰਿੰਸੀਪਲ ਮੈਮ ਹੋ ਗਈ ਆ ਹਨਾ ਟੀਚਰ ਬਹੁਤ ਪਿਆਰ ਕਰਦੇ ਸੀ ਕਦੇ ਇਦਾਂ ਦੀ ਡਾਂਟਤਾ ਨਹੀਂ ਪਈ ਪਰ ਜ਼ਿਆਦਾਤਰ ਮੈਂ ਇਸ ਲਾਈਨ ਦੇ ਵਿੱਚ ਹੀ ਰਹੀ ਆ ਸਕੂਲ ਟਾਈਮ ਫਿਰ ਤੁਸੀਂ ਮਤਲਬ ਗਾਉਣਾ ਸ਼ੁਰੂ ਕਰਤਾ ਸੀਗਾ ਹਾਂਜੀ ਮੈਂ 6th ਸਟੈਂਡਰਡ ਤੋਂ ਹਾਂਜੀ ਓਕੇ ਤੇ ਕਿਹੜਾ ਗੀਤ ਉਸ ਟਾਈਮ ਮਤਲਬ ਜ਼ਿਆਦਾ ਜੀ ਸਾਡੇ ਜਦੋਂ ਚੱਲਦਾ ਸੀ ਇਹ ਆਪਣਾ ਲੋਕ ਗੀਤ ਸੀਗਾ ਕੰਪੀਟੀਸ਼ਨ ਸਟੇਟ ਲੈਵਲ ਤੱਕ ਗਈ ਸੀਗੀ ਮੈਂ ਤੇ ਉਹਦੇ ਵਿੱਚ ਮੈਂ ਡੋਲੀ ਗਾਈ ਸੀ ਜੀ ਅਗਰ ਕੋਈ ਦੂ ਬੋਲਸਨਾ ਬਿਲਕੁਲ ਜੀ ਬਿਲਕੁਲ ਡੋਲੀ ਵਿੱਚੋਂ ਨਿਕਲੇ ਇੱਕ ਮੁਟਿਆਰ ਡੋਲੀ ਵਿੱਚੋਂ ਨਿਕਲੇ ਇੱਕ ਮੁਟਿਆਰ ਇੱਕ ਮੋਟੇ ਆਰ ਬੀਬਾ ਜ਼ੁਲਫਾਂ ਦਾ ਸ਼ਿੰਗਾਰ ਜ਼ੁਲਫਾਂ ਦਾ ਸ਼ਿੰਗਾਰ ਬਦਲਾਂ ਚ ਬਦਲਾਂ ਚ ਪੀਂਗ ਪਈ ਹਾਂ ਡੋਲੀ ਵਿੱਚੋਂ ਨਿਕਲੀ ਇੱਕ ਮੋਟੇ ਆਰ ਇਸ ਗਾਣੇ ਜੀ ਜੀ ਮੇਰਾ ਨਾਮ ਬਣਾਇਆ ਆਲੀਆ ਹਸਨ ਤੋਂ ਮਿਸ ਆਲੀਆ ਤੱਕ ਦਾ ਸਫਰ ਇਸ ਗਾਣੇ ਨਾਲ ਹੋਇਆ ਤੇ ਇਥੋਂ ਮੈਨੂੰ ਪੰਮੀ ਬਾਈ ਜੀ ਮਿਲੇ ਜਿਨ੍ਹਾਂ ਦੀ ਸਟੇਜ ਤੋਂ ਮੈਂ ਸਟਾਰਟਿੰਗ ਕੀਤੀ ਜੀ ਫਰਸਟ ਲਾਈਵ ਸ਼ੋਅ ਕਰਨੇ ਸਟਾਰਟ ਕੀਤੇ ਤੇ ਇਹਨਾਂ ਤੋਂ ਹੀ ਕਰਮਜੀਤ ਪੁਰੀ ਜੀ ਮਿਲੇ ਮੈਨੂੰ 2007 ਤੇ 8 ਦੇ ਦੌਰਾਨ ਤੇ ਐਸਐਮਆਈ ਕੰਪਨੀ 'ਚ ਮੇਰਾ ਬਾਉਂਡ ਹੋਇਆ ਜੀ ਤੇ ਪੰਜਾਬੀ ਦੁਕਾਨਾ ਉਦੋਂ ਬਹੁਤ ਚੱਲਦਾ ਹੁੰਦਾ ਸੀ ਜੀ ਤੇ ਪੂਜਾ ਦੀਦੀ ਤੇ ਗੁਰਲੇਸ਼ ਦੀਦੀ ਦਾ ਬੜਾ ਬੋਲ ਵਾਲਾ ਸੀਗਾ ਸੋ ਆਪਾਂ ਵੀ ਫਿਰ ਕੋਸ਼ਿਸ਼ ਕੀਤੀ ਆਲੀਆ ਜੀ ਜਿਸ ਤਰ੍ਹਾਂ ਆਪਾਂ ਖਾਨ ਪਰਿਵਾਰ ਦੇ ਵਿੱਚ ਤੁਸੀਂ ਹੋ ਖਾਨ ਪਰਿਵਾਰ ਦੇ ਵਿੱਚ ਤਾਂ ਮਤਲਬ ਔਰਤ ਨੂੰ ਥੋੜਾ ਬਹੁਤ ਜਿਆਦਾ ਹੋ ਮੇਰੀ ਗੱਲ ਨੂੰ ਸਮਝ ਹੀ ਰਹੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਪਰੇਸ਼ਾਨੀ ਆਈ ਮੈਨ ਮਮੀ ਡੈਡੀ ਕਰਨੀ ਤੋਂ ਨਹੀਂ ਆਈ ਜਿੱਦਾਂ ਕਹਿੰਦੀ ਮੈਂ ਵੈਸੇ ਅਸੀਂ 6 ਭੈਣ ਭਰਾ ਆ ਜੀ ਜੀ ਤੇ ਮਾਪੇ ਬਾਪ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਖੁੱਲਾ ਡੱਬਰਾ ਹਾਂਜੀ ਬਿਲਕੁਲ ਜੀ ਪਰ ਲਾਡਲੀ ਰਹੀ ਹਾਂ ਮੈਂ ਆਪਣੇ ਪਾਪਾ ਦੀ ਮम्मा ਦੀ ਜੀ ਹੋਂ ਤੱਕ ਮੈਂ ਲਾਡਲੀ ਹਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ ਵੀ ਪੁੱਤਾਂ ਵਾਂਗੂ ਉਹਨਾਂ ਨੇ ਪਾਲਿਆ ਕਿਸੇ ਚੀਜ਼ ਦੀ ਕਦੇ ਉਹਨਾਂ ਨੇ ਮਨਾਹੀ ਨਹੀਂ ਕੀਤੀ ਬਟ ਮੇਰੇ ਮਾਮਾ ਜੀ ਕਿਉਂਕਿ ਉਹ ਇਸ ਲਾਈਨ ਦੇ ਵਿੱਚ ਸੀਗੇ ਇੱਕ ਨਾਮਵਰ ਹਸਤੀ ਹੈ ਉਹਨਾਂ ਦਾ ਨਾਮ ਸੀਗਾ ਪਰ ਉਹ ਜਿੱਦਾਂ ਪੁਰਾਣੇ ਲੋਕ ਨਹੀਂ ਹੁੰਦੇ ਸਵੀ ਕੁੜੀਆਂ ਇਸ ਕੰਮ ਚ ਨਾ ਮੇਰੇ ਅੱਜ ਵੀ ਆਦਾਂ ਮੈਡਮ ਬੋਰਾ ਜੀ ਮੇਰੇ ਮਿਊਜ਼ਿਕ ਦੇ ਟੀਚਰ ਸੀਗੇ ਅਸੀਂ ਆਹੀ ਜਿਹੜੀ ਮੈਂ ਤੁਹਾਨੂੰ ਡੋਲੀ ਸੁਣਾਈ ਆ ਇਸ ਕੰਪੀਟੀਸ਼ਨ ਤੇ ਤੇ ਬੜਾ ਨਾਰਾਜ਼ ਹੋਏ ਸੀ ਉਹ ਟੀਚਰ ਨਹੀਂ ਬੋਲ ਪਏ ਵੀ ਕੁੜੀਆਂ ਤੁਸੀਂ ਐਸੇ ਕੰਮ ਚ ਪਾ ਰਹੇ ਹੋ ਸੋ ਉਹਨਾਂ ਦੀ ਡੈਥ ਹੋ ਗਈ ਮੇਰਾ ਸ਼ੌਂਕ ਸੀਗਾ ਕੋਨੋਂ ਕੋਈ ਪ੍ਰੋਬਲਮ ਨਹੀਂ ਸੀ ਸੁੱਖ ਨਾਲ ਮੇਰੇ ਦਾਦਕੇ ਜਿਹੜੀਆਂ ਸੀ ਦੁਆਬੇ ਦੇ ਆ ਨਾਨਕੇ ਵੀ ਠੀਕ ਠਾਕ ਆ ਠੀਕ ਹੈ ਜੀ ਕਵੀਲਦਾਰ ਹੈ ਠੀਕ ਠਾਕ ਹੈ ਤੇ ਪਰ ਮੈਂ papa ਨੂੰ papa ਮੈਂ ਨਹੀਂ ਗਾਣਾ ਪਲੀਜ਼ ਹਨ ਸੋ ਪ੍ਰਿੰਸੀਪਲ ਹੋਏ ਜਾਂ ਮੇਰੇ ਟੀਚਰ ਹੋਏ ਮੇਰੀ ਸਟਾਰਟਿੰਗ ਜਿਹੜੀ ਹੋਈ 99 ਤੋਂ ਮੈਂ गा ਰਹੀ ਹਾਂ 99 ਤੋਂ ਤੁਸੀਂ ਇਸ ਲਾਈਨ ਦੇ ਵਿੱਚ ਮੈਂ 9th ਦੇ ਵਿੱਚ ਸੀਗੀ ਤੇ ਮੇਰੇ ਮੈਡਮ ਸੁਨੀਤਾ ਮੈਡਮ 뮤직 ਦੇ ਟੀਚਰ ਸੀਗੇ ਤੇ ਤਬਲੇ ਤੇ ਸਾਡੇ ਸੰਦੀਪ ਸਰ ਤੇ ਗੰਬਾ ਸਰ ਇਹ ਮੇਰੇ 뮤직 ਦੇ ਟੀਚਰ ਸੀਗੇ ਸਕੂਲ ਦੇ ਵਿੱਚੋਂ ਹੀ ਮੈਂ ਗਈ ਸੀ ਦੀ ਸਟੂਡੀਓ ਮਲੇਰ ਕੋਲ ਇੱਕ ਸਟੂਡੀਓ ਹੁੰਦਾ ਸੀਗਾ ਜੀ ਹੁਣ ਤਾਂ ਬੰਦ ਹੋ ਗਿਆ ਤੇ 99 ਚ ਸਭ ਤੋਂ ਪਹਿਲਾਂ ਮੇਰਾ ਡਿਊਡਗਾਣਾ ਆਇਆ ਸੀਗਾ ਉਦੋਂ ਨਾ ਮੈਨੂੰ ਡਿਊਡਗਾਣੇ ਦਾ ਪਤਾ ਸੀ ਬਸ ਗਾ ਕੇ ਆ ਗਈ ਸੀ ਤੇ ਨਿੱਕੀ ਜੀ ਫੋਟੋ ਲੱਗੀ ਸੀ ਜੀ ਤੇ ਬੱਲੇ ਬੱਲੇ ਚੈਨਲ ਇਹ ਵੀ ਨਹੀਂ ਸੀ ਪਤਾ ਵੀ ਡਿਊਡਗਾਣਾ ਕੀ ਹੁੰਦਾ ਹਾਂਜੀ ਬਿਲਕੁਲ ਨਹੀਂ ਬਸ ਆਪਣੇ ਆਪਣੇ ਗਾ ਕੇ ਵੀ ਮੈਨੂੰ ਐ ਸ਼ੌਕ ਵੀ ਮੇਰਾ ਗਾਣਾ ਆ ਰਿਹਾ ਠੀਕ ਹੈ ਜੀ ਤੇ ਪਹਿਲਾ ਪੋਰਟਫੋਲੀਓ ਸੰਜੂ ਸਟੂਡੀਓ ਸਾਡੇ ਤੇ ਨਾਮ ਇੱਕ ਉਹਦਾ ਨਾ ਡਰੈੱਸ ਉਹਦਾ ਕੁਝ ਵੀ ਨਹੀਂ ਪਤਾ ਸੀ 99 ਤੋਂ ਮੈਂ ਗਾ ਰਹੀ ਹਾਂ ਸੋ ਪੰਮੀ ਬਾਈ ਜੀ ਮਿਲੇ ਸ਼ੌਕ ਜਿਹੜਾ ਵੱਧ ਗਿਆ ਮਾਮਾ ਜੀ ਦੀ ਡੈਥ ਹੋ ਗਈ ਡੈਡੀ ਬਾਹਰ ਸੀਗੇ ਜੀ ਪਾਪਾ ਮੈਨੇ ਗਾਣਾ ਤੇ ਪੰਮੀ ਬਾਈ ਜੀ ਆਏ ਐ ਏਦਾਂ ਕਿਸੇ ਕੰਪੀਟੀਸ਼ਨ ਚ ਸਾਨੂੰ ਪੰਮੀ ਬਾਈ ਜੀ ਮਿਲੇ ਤੇ ਉਹਨਾਂ ਨੇ ਬੁਲਾਇਆ ਉਹਨਾਂ ਨੇ ਆਵਾਜ਼ ਤੇ ਮੈਂ ਬੈਕ ਬੁੱਕਲ ਦਿੰਦੀ ਹੁੰਦੀ ਸੀ ਕਿਉਂਕਿ ਨਾ ਮੈਨੂੰ ਮੇਕਅਪ ਦਾ ਪਤਾ ਸੀ ਮੈਨੂੰ ਆਡੀਅנס ਫੇਸ ਕਰਨੀ ਨਹੀਂ ਆਉਂਦੀ ਸੀ ਜੀ ਤੇ ਮੂਰੇ ਜਿਹੜੇ ਮਾਡਲ ਰਾਜਵੀਰਕ ਜੀ ਬਹੁਤ ਅੱਛੇ ਮਾਡਲ ਰਹਿ ਚੁੱਕੇ ਨੇ ਪੰਮੀ ਬਾਈ ਜੀ ਦੇ ਨਾਲ ਤੇ ਉਹ ਮੂਰੇ ਲਿਪਸਿੰਗ ਕਰਦੇ ਹੁੰਦੇ ਤੇ ਮੈਂ ਬੈਕ ਤੇ ਗਾਣਾ ਜੀ ਤੇ ਮੇਰੀ ਕਿਸੇ ਨੇ ਤਾਰੀਫ ਹੀ ਨਹੀਂ ਕਰਨੀ ਜੀ ਤੇ ਮੈਨੂੰ ਬੜਾ ਬਾਈ ਜੀ ਨੇ ਫਿਰ ਮੈਨੂੰ ਬਾਈ ਜੀ ਤੋਂ ਮੈਂ ਬਹੁਤ ਕੁਝ ਸਿੱਖਿਆ ਪੰਮੀ ਬਾਈ ਜੀ ਤੋਂ ਪਰਫਾਰਮ ਕਰਨਾ ਸਟੇਜ ਨੂੰ ਕਿਦਾਂ ਫੇਸ ਆਊਟ ਕਰਨਾ ਕਿਦਾਂ ਆਡੀਅנס ਨਾਲ ਗੱਲਬਾਤ ਕਰਨੀ ਆ ਸੋ ਪੰਮੀ ਬਾਈ ਜੀ ਔਰ ਰਾਜਵੀਰਕ ਜੀ ਮੇਰੀ ਲਾਈਫ ਦੇ ਬਹੁਤ ਅਹਿਮ ਅਹਿਮ ਨੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਉਹਨਾਂ ਕਰਕੇ ਮੈਨੂੰ ਕਰਮਜੀਤ ਪੂਰੀ ਭਾਜੀ ਮਿਲੇ ਜੀ ਫਿਰ ਇਸ ਲਾਈਨ ਦੇ ਵਿੱਚ ਤੁਸੀਂ ਪੰਮੀ ਭਾਈ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਬਿਲਕੁਲ ਇਸ ਤੋਂ ਇਲਾਵਾ ਗਾਇਕੀ ਨੂੰ ਪਰਪੱਕ ਤੌਰ ਤੇ ਸਾਹਮਣੇ ਲੈ ਕੇ ਆਉਣ ਲਈ ਉਸਤਾਦ ਕਿਹਨਾਂ ਨੂੰ ਤੁਸੀਂ ਧਾਰਨ ਕੀਤਾ ਜੀ ਉਸਤਾਦ ਵੈਸੇ ਮੇਰੀ ਮੰਮਾ ਹੀ ਨੇ ਜੀ ਮੇਰੇ ਉਸਤਾਦ ਮੇਰੀ ਮਾਂ ਹੈ ਮੇਰੀ ਮੰਮਾ ਨੂੰ ਬਹੁਤ ਸ਼ੌਂਕ ਸੀ ਔਰ ਬਹੁਤ ਸੋਨਾ ਗਾਉਂਦੇ ਆ ਜੀ ਪਰੋਹੀਨਾ ਜਿਹੜੀ ਪੁਰਾਣੇ ਲੋਕ ਸੀਗੇ ਹਨਾ ਉਹ ਇਸ ਲਾਈਨ ਨੂੰ ਨਹੀਂ ਪਸੰਦ ਕਰਦੇ ਸੀ ਮੈਂ ਮੰਮਾ ਵਰਗਾ ਗਾਉਂਦੀ ਤਾਂ ਨਹੀਂ ਪਰ ਮੇਰੇ ਮੰਮਾ ਬਹੁਤ ਸੁਰੀਲੇ ਨੇ ਜੀ ਤੇ ਉਸਤਾਦ ਮੇਰੇ ਮੰਮੀ ਨੇ ਪਰ میوزਿਕ ਦਾ ਆਪਾਂ ਸਕੂਲ ਦੇ ਵਿੱਚੋਂ ਸਿੱਖਿਆ ਹਨਾ ਤੇ ਕੰਪੀਟੀਸ਼ਨਾਂ 'ਚ ਜਾ ਕੇ ਤੇ ਉਸਤਾਦ ਮੈਂ ਤਾਂ ਰਿਸਗੇ ਪਟਿਆਲਾ ਘਰਾਨਾ ਤੋਂ ਉਸਤਾਦ ਬਕਰ हुसैन ਜੀ 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 ਵਕਰੋ ਸਿੰਘ ਉਹਨਾਂ ਨਾਲ ਸਿਰਫ ਮੇਰੀ ਉਸਤਾਦੀ ਸ਼ਗਿਰਦੀ ਹੋਈ ਸੀ ਮੈਂ ਇਹ ਮੇਰੀ ਬਦਕਿਸਮਤੀ ਲਾ ਲਓ ਕਿ ਮੈਂ ਉਹਨਾਂ ਤੋਂ ਕੁਝ ਸਿੱਖ ਨਹੀਂ ਪਾਈ ਸਿਰਫ ਉਹਨਾਂ ਦਾ ਆਸ਼ੀਰਵਾਦ ਹੀ ਲਿੱਤਾ ਵਕਰੋ ਸਿੰਘ ਜੀ ਮੇਰੇ ਖਿਆਲਿਆ ਵੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਸ਼ਗਿਰਦਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਬਸ ਮੈਨੂੰ ਉਹਨਾਂ ਦਾ ਆਸ਼ੀਰਵਾਦ ਹੀ ਮਿਲਿਆ ਜੀ ਜਾਨੂ ਉਹਨਾਂ ਦੀ ਫੌਤ ਹੋ ਗਈ ਸੋ ਬਸ ਉਹਨਾਂ ਨੂੰ ਧਿਆਨ ਚ ਰੱਖ ਕੇ ਜਿੰਨਾ ਖੈਗਾ ਗਾਲਨਿਆ ਜੀ ਰਿਕਾਰਡਿੰਗ ਦ ਸਿਲਸਿਲਾ ਫਿਰ ਅੱਗੇ ਪਹਿਲਾਂ ਤਾਂ ਤੁਸੀਂ ਦੱਸਿਆ ਵੀ ਮਲੇਕੂਲੇ ਦਾ ਸਟੂਡੀਓ ਯੂਜ਼ ਕੀਤਾ ਉਸ ਤੋਂ ਬਾਅਦ ਨੈਕਸਟ ਕਿਸ ਤਰ੍ਹਾਂ ਹਾਂਜੀ ਪ੍ਰੋਪਰ ਤਰੀਕੇ ਨਾਲ ਜੇ ਆਪਾਂ ਕਹੀਏ ਲਾਈਨ ਦੇ ਵਿੱਚ ਐਂਟਰੀ ਹੋਈ ਮੇਰੀ ਕਰਮਜੀਤ ਪੂਰੀ ਭਾਜੀ ਤੋਂ ਬੜਾ ਮੇਰਾ ਉਹਨਾਂ ਨੇ ਤਿਆਰੀ ਕਰਵਾਈ ਬੜੇ ਵਧੀਆ ਤਰੀਕੇ ਨਾਲ ਜਿਮ ਕੈਸਟ ਜਤਿੰਦਰ ਗਿੱਲ ਜੀ ਜਤਿੰਦਰ ਗਿੱਲ ਜੀ ਹਾਂਜੀ ਬੜੀਆਂ ਸਿਰ ਰਿਹਸਲਾ ਕੀਤੀਆਂ ਬਹੁਤ ਕਰਮਜੀਤ ਪੂਰੀ ਭਾਜੀ ਨੇ ਬਹੁਤ ਸਾਥ ਦਿੱਤਾ ਮੇਰਾ ਤੇ ਪੂਰੀ ਕੈਸਟ ਈ ਮੇਰੇ ਕੋਲ ਸੀਗੀ ਪਰ ਇੱਕ ਪਾਸੇੋਂ ਤਾਂ ਮੇਰੀ ਕਿਸਮਤ ਦੀ ਮੈਂ ਬਹੁਤ ਧਨੀ ਰਹੀਆਂ ਕਿ ਮੈਨੂੰ ਜ਼ਿਆਦਾ ਸਟਰਗਲ ਨਹੀਂ ਕਰਨਾ ਪਿਆ ਪਰ ਉਹ ਹੁੰਦੀ ਹੈ ਨਾ ਜਦੋਂ ਕਿਸਮਤ ਜਿਵੇਂ ਕੈਂਸਰ ਪੂਰੀ ਮੇਰੇ ਕੋਲ ਸੀਗੀ ਬਟ ਪੰਜ ਗਾਣੇ ਜਦੋਂ ਰਿਕਾਰਡ ਹੋ ਗਏ ਉਦੋਂ ਮੇਰਾ ਐਕਸੀਡੈਂਟ ਹੋ ਗਿਆ ਉਹੋ ਤੇ ਐਕਸੀਡੈਂਟ ਹੋ ਗਿਆ ਤੇ ਪੰਜ ਗਾਣੇ ਰਹਿ ਗਏ ਤੇ ਮੈਂ ਭਾਜੀ ਨੂੰ ਕਿਹਾ ਭਾਜੀ ਤੁਸੀਂ ਪੂਜਾ ਦੀਦੋਂ ਨੰਗਵਾਇਓ ਕਿਉਂਕਿ ਮੇਰੇ ਸੀਨੀਅਰ ਹੈ ਮੈਂ ਬਹੁਤ ਰਿਸਪੈਕਟ ਕਰਦੀ ਆਂ ਗੁਰਲੇਸ ਦੀਦੀ ਪੂਜਾ ਦੀਦਿਆ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਨੂੰ ਸੁਣ ਸੁਣ ਕੇ ਨਹੀਂ ਉਹਨਾਂ ਤੋਂ ਕਿਉਂ ਨੰਗਵਾਇਓ ਕਿਉਂਕਿ ਉਹ ਸੀਨੀਅਰ ਸਿਗੇ ਉਹਨਾਂ ਦਾ ਨਾਮ ਆਲਰੇਡੀ ਬਣਿਆ ਹੋਇਆ ਸੀਗਾ ਆਲਮੋਸਟ ਹੈ ਨਾ ਤੇ ਮੈਂ ਹਜੇ ਨਵੀਂ ਸੀ ਹਾਂਜੀ ਮੈਂ ਕਿਹਾ ਭਾਜੀ ਤੁਸੀਂ ਨਵੀਂ ਕੁੜੀ ਤੋਂ ਗਵਾ ਲਿਓ ਤੇ ਮੈਨੂੰ ਨਹੀਂ ਦੱਸਿਆ ਤੇ ਅਸੀਂ ਦੁਬਾਰਾ ਸਟੂਡੀਓ ਗਏ ਮੇਰੇ ਨੋਸ ਚੋਂ ਬਲੀਡਿੰਗ ਜਾਣ ਲੱਗੀ ਨਹੀਂ ਗਾਇਆ ਗਿਆ ਸੋ ਚਲੋ ਪੰਜ ਗਾਣੇ ਮੇਰੇ ਸੀ ਤੇ ਪੰਜ ਗਾਣੇ ਪੂਜਾ ਦੀ ਦੇ ਸੀਗੇ ਉਤੋਂ ਮੇਰੀ ਸਟਾਰਟਿੰਗ ਹੋ ਗਈ ਜੀ ਉਸੇ ਮਤਲਬ ਕੈਸਟ ਦੇ ਵਿੱਚੋਂ ਕੋਈ ਵੀ ਦੋ ਬੋਲ ਸਾਡਾ ਸੰਜੇ ਕਰੋ ਬਿਲਕੁਲ ਜੀ ਉਹਦੇ ਵਿੱਚ ਇੱਕ ਬੜਾ ਗਾਣਾ ਡਿਊਟ ਹਿੱਟ ਹੋਇਆ ਸਾਡਾ ਮਾਪੇ ਜਤਿੰਦਰ ਵਾਜੀ ਦੇ ਨਾਲ ਉਹ ਰਹੇ ਨਗੋਚਾਂ ਕਰਦੀ ਵੇ ਮੈਂ ਰਹੀ ਬਥੇਰਾ ਜਰਦੀ ਉਹ ਰਹੇ ਨਗੋਚਾਂ ਕਰਦੀ ਵੇ ਮੈਂ ਰਹੀ ਬਥੇਰਾ ਜਰਦੀ ਮੈਨੂੰ ਲੱਗਦਾ ਇੱਕ ਦਿਨ ਫੜਕੇ ਮੈਨੂੰ ਲੱਗਦਾ ਇੱਕ ਦਿਨ ਫੜਕੇ ਆਉਂਦੀ ਰੇਲ ਬਣਾਉਣੇ ਪਾ ਤੇਰੇ ਮਾਂ ਬੋਤਾ ਸਿਰ ਤੇਰੇ ਮਾਂ ਬੋਤਾ ਸਿਰ ਚੜ ਗਈ ਵੇ ਕਦਿ ਲੱਗਦੇ ਲਾਉਣੀ ਪਾ ਤੇਰੇ ਮਾਂ ਬੋਤਾ ਸਿਰ ਚੜ ਗਈ ਵੇ ਕਦਿ ਲੱਗਦੇ ਲਾਉਣੀ ਹੀ ਪਾ ਹਕੀਕਤ ਦੇ ਵਿੱਚ ਤਾਂ ਨਹੀਂ ਕਦੇ ਉਤਾਰੀ ਇਸ ਤਰ੍ਹਾਂ ਨਹੀਂ ਵੈਸੇ ਹੋ ਜਾਂਦਾ ਜੀ ਕਦੇ-ਕਦੇ ਕਿ ਕੋਈ ਲਾਈਵ ਦੇ ਵਿੱਚ ਆ ਹੀ ਗਿਆ ਇਦਾਂ ਜੀ 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 ਅ ਪਹਿਲੇ ਕਦਮ ਤੁਹਾਡੀ ਆਈ ਜਿਮ ਹਾਂਜੀ ਅ ਕਲਾਕਾਰ ਜਤਿੰਦਰ ਭਾਜੀ ਦੇ ਨਾਲ ਜੀ ਜਤਿੰਦਰ ਗਿੱਲ ਉਸ ਤੋਂ ਬਾਅਦ ਫਿਰ ਨੈਕਸਟ ਕਦਮ ਕੀ ਰਿਹਾ ਤੁਹਾਡਾ ਉਸ ਤੋਂ ਬਾਅਦ ਜੀ ਵੈਸੇ ਲਾਈਵ ਸਟੇਜਾਂ ਤਕਰੀਬਨ ਸਾਰੀਆਂ ਨਾਮਵਰ ਕਲਾਕਾਰਾਂ ਦੇ ਨਾਲ ਲਾਈਵ ਸਟੇਜਾਂ ਲਾਈਆਂ ਤੇ ਸੈਕਿੰਡ ਟੇਪ ਆਈ ਮੇਰੀ ਹਰਮਨ ਸਿੱਧੂ ਜੀ ਦੇ ਨਾਲ ਹਾਂ ਲਾਡਲਾ ਉਦੇ ਵਿੱਚੋਂ ਗੁੱਡ ਨਾਈਟ Song ਸਾਡਾ ਹਿੱਟ ਹੋਇਆ ਤੇ ਬਸ ਐਦਾਂ ਹੀ ਲਾਈਵ ਸ਼ੋਅ ਚੱਲਦੇ ਰਹੇ ਚੱਲਦੇ ਰਹੇ ਗੁੱਡ ਨਾਈਟ ਦੇ ਬੋਲ ਕੀ ਸੀ ਉਹ ਸੀਗਾ ਜੀ ਮੈਂ ਤੁਹਾਨੂੰ ਦੋ ਬੋਲ ਹੀ ਸੁਣਾ ਨਹੀਂ ਕਿਉਂਕਿ 1 ਲਾਈਨ 1 ਲਾਈਨ ਦਾ ਸੀਗਾ ਉਹਦੇ ਵਿੱਚੋਂ ਸੀਗਾ ਹਰਮਨ ਸਿੱਧੂ ਤੇ ਮਿਸ ਆਲੀਆ ਦੇ ਨਾਂ ਤੇ ਤੁਸੀਂ YouTube ਤੇ ਚੈੱਕ ਕਰਿਓ ਬੜਾ ਹਿੱਟ ਹੋਇਆ ਸੀਗਾ ਗਾਣਾ ਸਾਡਾ ਵੇ ਤੈਨੂੰ ਤਾਂ ਪਤਾ ਸੀ ਮੈਨੂੰ ਨੀਂਦ ਆਉਣੀ ਨਾ जिन्ना चिर तेनु गुड नाइट ना कहा तेनु त पता सी मेनू नींद ओनी ना जिन्ना चिर तेनु गुड नाइट ना कहा स्टेजਾਂ ਦੇ ਨਾਲ ਕੋਈ ਸਾਡੇ ਨਾਲ ਯਾਦ ਉਸ ਤੱਕ ਸਾਂਝੀ ਕਰੋ ਸਟੇਜਾਂ ਤੇ ਜੀ ਮੈਂ ਭਾਜੀ ਧਰਮਪ੍ਰੀਤ ਬਾਜੀ ਹੁਣ ਨਾਲ ਸਟੇਜ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਿਉਂਕਿ ਪੰਮੀ ਬਾਈ ਜੀ ਦੇ ਜਿਹੜੇ ਡਿਊਟ ਗਾਣੇ ਆ ਜੀ اور ਜਿਹੜੇ ਅੱਜ ਕੱਲ ਦੇ ਗਾਣੇ ਤੁਹਾਨੂੰ ਪਤਾ ਹੀ ਆ ਪੰਮੀ ਵਾਈ ਜੀ ਬੜੇ ਸੁਸਦੀ ਵਾਲੇ ਆ ਉਹਨਾਂ ਦੇ ਜਿਹੜੇ ਕੋ ਆਰਟਿਸਟ ਥੇ ਤੁਸੀਂ ਦੇਖੋ ਕਿੰਨੇ ਨਾਮਵਰ ਹਾਂਜੀ ਨਸੀਬੋ لال ਤੇ ਬੜਾ ਵਧੀਆ ਲੱਗਦਾ ਮੈਨੂੰ ਉਹਨਾਂ ਦਾ ਜਦੋਂ ਮੈਂ ਆਰੀ ਆਰੀ ਗੌਰਨਿੰਗ ਨਹੀਂ ਆ ਐਕਸਪੀਰੀਅੰਸ ਮੈਨੂੰ ਉਹਨਾਂ ਤੋਂ ਹੀ ਮਿਲੇ ਆ ਬਹੁਤ ਕੁਝ ਸਿੱਖਣ ਮਿਲਿਆ ਅ ਤੇ ਰਮਪ੍ਰੀਤ ਬਾਜੀ ਤੋਂ ਬਹੁਤ ਕੁਝ ਮਿਲੇ ਆ ਮੈਨੂੰ ਜਤਿੰਦਰ ਬਾਜੀ ਦੇ ਨਾਲ ਮੇਰੀ ਸਟੇਜ ਮੇਰੀ ਐਦਾਂ ਆਪਣੇ ਮੂੰਹੋਂ ਤਾਂ ਨਹੀਂ ਕਹਿਣਾ ਚਾਹੀਦਾ ਬਟ ਜਿੱਦਾਂ ਸਾਨੂੰ ਰਿਪੀਟ ਸਾਨੂੰ ਸਟੇਜ ਮਿਲਨੀ ਤਕਰੀਬਨ ਸਾਡੇ ਜਿਹੜੇ ਕਲਾਕਾਰ ਸੀਗੇ ਐਸਐਮਆਈ ਦੇ ਵਿੱਚ ਕਾਫੀ ਬਾਉਂਸ ਸੀਗੇ ਅਸੀਂ ਤੇ ਐਦਾਂ ਕਹਿ ਲਓ ਬਸ ਵੀ ਜਿੰਨੀ ਦੇਰ ਵੀ ਕੰਮ ਕੀਤਾ ਸੀ ਸਟੇਜਾਂ ਸਾਨੂੰ ਮਿਲਦੀਆਂ ਰਹੀਆਂ ਸਟੇਜ ਤੋਂ ਸਟੇਜ ਮਿਲਦੀ ਹੁੰਦੀ ਸੀ ਸਾਨੂੰ ਪ੍ਰੋਗਰਾਮ ਤੋਂ ਜਦੀ ਪ੍ਰੋਗਰਾਮ ਬੁੱਕ ਹਾਂਜੀ ਤੇ ਜਤਿੰਦਰ بھائی ਜੀ ਦੇ ਨਾਲ ਮੇਰਾ ਬਹੁਤ ਵਧੀਆ ਹਾਂ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਕਿਹੜੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਬਸ ਜੀ ਕਿਹਦਾ 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 ਨਾਮ ਲਵਾਂ ਜੀ ਕਿਉਂਕਿ ਕਰਮਾ ਟੋਪਰ ਹੋਗੇ ਗੁਰਦਰਸ਼ਨ ਤੂਰੀ ਹੋਗੇ ਤੇ ਬਹੁਤ ਨੇ ਹਾਂਜੀ ਤੇ ਉਸ ਤੋਂ ਬਾਅਦ ਮੈਂ ਆਪਣੀਆਂ ਸਟੇਜਾਂ ਸ਼ੁਰੂ ਕਰ ਲਈਆਂ ਸੂਫੀ ਦੀਆਂ ਸਟਾਰਟ ਕਰ ਲਈਆਂ ਸੋਲੋ ਗਾਣੇ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਵਕਤ ਦੇ ਨਾਲ-ਨਾਲ ਹਾਂਜੀ ਤੇ ਐਦਾਂ ਹੀ ਚੱਲਦ ਰਹੀ ਹੈ ਜਿਸ ਤਰ੍ਹਾਂ ਆ ਆਮ ਹੀ ਸੁਣਦੇ ਆ ਆਪਾਂ ਵੀ ਜਿਹੜੀ ਡਿਊਟ ਕਲਾਕਾਰ ਹੁੰਦੇ ਆ ਜਿਸ ਤਰ੍ਹਾਂ ਆਪਣਾ ਦੁਗਾਨਾ ਗਾਇਕੀ ਦੇ ਵਿੱਚ ਉਹਦੇ ਵਿੱਚ ਮਰਦ ਪ੍ਰਧਾਨ ਕਿਹਾ ਜਾਂਦਾ ਵੀ ਉਹਨਾਂ ਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਂਦਾ ਉਹਦੇ ਮੁਤਾਬਕ ਹੀ ਸਾਨੂੰ ਗੀਤਾਂ ਦੇ ਬੋਲਾਂ ਨੂੰ ਉੱਥੇ ਵੀ ਕਿਤੇ ਨਾ ਕਿਤੇ ਸਾਨੂੰ ਸਮਝੌਤਾ ਕਰਨਾ ਪਿਆ ਨਹੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਕਿਸਮਤ ਦੀ ਲੱਕੀ ਰਹੀ ਆ ਇਸ ਕੰਮ 'ਚ ਤੇ ਜ਼ਿਆਦਾ ਨਹੀਂ ਕੀਤਾ ਥੋੜਾ ਕਿਤਨਾ ਪਰ ਬਹੁਤ ਵਧੀਆ ਕੀਤਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰਾ ਹਨਾ ਕਿਉਂਕਿ ਪ੍ਰਧਾਨ ਦੀ ਤਾਂ ਗੱਲ ਇਹ ਆ ਕਿ ਜਦੋਂ ਤੁਹਾਨੂੰ ਪਤਾ ਹੀ ਹੈ ਹਨਾ ਕਹਿ ਨਹੀਂ ਦਿੰਦੇ ਹੁੰਦੇ ਹੈ ਬੀਜੀ ਗਾਉਣ ਵਾਲੀ ਆ ਗਈ ਲੋ ਜੀ ਜਦੋਂ ਸਟੇਜ ਸਟਾਰਟ ਹੁੰਦੀ ਆ ਜਾਂਪਾਂ ਸਟੇਜ ਤੇ ਜਾਣੇ ਤੇ ਗਾਉਣ ਵਾਲੀ ਦਾ ਹੀ ਜ਼ਿਕਰ ਹੁੰਦਾ ਹੈ ਹਨਾ ਤੇ ਇਹ ਚੀਜ਼ ਨਹੀਂ ਹੈ ਟੀਮ ਵਰਕ ਆ ਵੈਸੇ ਅੱਜਕੱਲ ਦਾ ਦੇਖ ਲਓ ਗੁਰਲੇਸ਼ ਦੀਦੀ ਗੁਰਲੇਸ਼ ਦੀਦੀ ਹੋਈ ਪਈ ਆ ਲੱਖਾਂ ਦਾ ਪ੍ਰੋਜੈਕਟ ਹੁੰਦਾ ਤੇ ਸਿੰਗ ਮੇਨ ਸਿੰਗਰ ਦਾ ਨਾਂ ਹੀ ਨਹੀਂ ਆਂਦਾ ਦੇਖੋ ਮਤਲਬ ਉਹ ਸਮਾਂ ਪੁਰਾਣੇ ਸਮੇਂ ਦੇ ਵਿੱਚ ਇੱਕ ਮਰਦ ਪ੍ਰਧਾਨ ਕਿਹਾ ਜਾਂਦਾ ਸੀਗਾ ਲੇਕਿਨ ਅੱਜ ਅੱਜ ਗੁਰਲੇਸ਼ ਜੀ ਨੂੰ ਲੈ ਕੇ ਜਾ ਕੇ ਜਾਂ ਕਿਸੇ ਹੋਰ ਨੂੰ ਲੈ ਕੇ ਉਹਨਾਂ ਉਹਨਾਂ ਦਾ ਨਾਮ ਮੇਰੇ 멘ਟਰ ਨੇ ਜੀ ਮੈਂ ਉਹਨਾਂ ਨੂੰ ਬਹੁਤ ਲਾਈਕ ਕਰਦੀ ਆ ਮੈਂ ਬਹੁਤ ਰਿਸਪੈਕਟ ਕਰਦੀ ਆ ਗੁਰਲੇਸ਼ ਦੀਦੀ ਦੀ ਬਹੁਤ ਨਾਈਸ ਪਰਸਨ ਨੇ ਪਰਸਨਲੀ ਮੈਨੂੰ ਬਹੁਤ ਗਾਈਡਨਸ ਕਰਦੀ ਹੈ ਬਹੁਤ ਜ਼ਿਆਦਾ ਜੀ 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 ਡਿਊਟ ਦਾ سلسلہ ਹੀ ਚੱਲਦਾ ਰਿਹਾ ਜਾਂ ਸੋਲੋ ਗਾਇਕੀ ਵੱਲ ਵੀ ਆਏ ਹਾਂ ਜੀ ਡਿਊਟ ਬਸ ਰਿਕਾਰਡਿੰਗ ਕਰ ਦਿੰਦੇ ਹੁੰਦੇ ਸੀਗੇ ਜੀ ਕਈ ਵਾਰ ਵੀਡੀਓ ਵੀ ਬਣ ਗਏ ਕਈ ਰਿਲੀਜ਼ ਨਹੀਂ ਹੋਏ ਤੇ ਫਿਰ ਆਪਾਂ ਸਟੇਜਾਂ ਕੰਨੀ ਹੋਏ ਹੋਏ ਸੀਗੇ ਆਪਾਂ ਨੇ ਬਹੁਤ ਸਟੇਜਾਂ ਲਗਾਈਆਂ ਤੇ ਸੂਫੀ ਜਿੱਦਾਂ ਮਢਾਲੀ ਹੋ ਗਿਆ ਇੱਧਰ ਦੁਆਬੇ ਵੱਲ ਮੇਲਿਆਂ ਦੇ ਵਿੱਚ ਕਾਫੀ ਯਾਨੀ ਕਿ ਪ੍ਰੋਗਰਾਮ ਲਗਾਏ ਸੋ ਆਪਾਂ ਫਿਰ ਇੱਕੋ ਹੀ ਕੰਮ ਫੜ ਲਿਆ ਸੀ ਕਿਉਂਕਿ ਫਰਸਟ ਟਾਈਮ ਲਾਲ ਕਮਲ ਜੀ ਨੇ ਕਿਹਾ ਸੀਗਾ ਕਿ ਆਪਣਾ ਤੁਸੀਂ ਵਸ ਆਪਣਾ ਐਕਸਪੀਰੀਅੰਸ ਦੇਖੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਤੇ ਸਟੇਜਾਂ ਵੱਲ ਹੋ ਜਾਓ ਤੁਸੀਂ ਤੇ ਆਪਾਂ ਲਾਈਵ ਗਾਏ ਕਿਉਂ ਹੀ ਹੁੰਦੀਆਂ ਭਾਜੀ ਹਨ ਲਾਈਵ ਲਾਈਵ ਕਿਤੇ ਉਹੀ ਹੈ ਜਦੋਂ ਸਰੋਤੇ ਤੁਹਾਡੇ ਸਾਹਮਣੇ ਤੁਸੀਂ ਅਗਰ ਸੁਣੋਗੇ ਮੇਰੇ ਗਾਣੇ ਜਿੰਨੇ ਵੀ ਜੋ ਵੀ ਆ ਜੋ ਮੇਰੀ ਟੋਨ ਬੋਲਣ ਚ ਉਹੀ ਮੇਰੀ ਟੋਨ ਗਾਣੇ ਚਾਹੀਏ ਕਿਉਂਕਿ ਮੈਂ ਜ਼ਿਆਦਾ ਇਫੈਕਟਿਵ ਯੂਜ਼ ਨਹੀਂ ਕਰਦੀ ਕਿਉਂਕਿ ਮੈਂ ਲਾਈਵ ਗਾਣਾ ਹੈ ਠੀਕ ਹੈ ਜੀ ਲਾਈਵ ਜਿੱਦਾਂ ਦਾ ਵੀ ਗਾਣੇ ਸਰੋਤਿਆਂ ਦੇ ਸਾਹਮਣੇ ਆ ਮੇਰੀ ਆਵਾਜ਼ ਦੀ ਪਹਿਚਾਨ ਕਈ ਵਾਰ ਐਦਾਂ ਹੋ ਜਾਂਦਾ ਹੈ ਤੁਹਾਨੂੰ ਪਤਾ ਹੀ ਹੈ ਹਨਾ ਕੋਈ ਕਲਾਕਾਰ ਤਾਂ ਉਹੀ ਹੈਗਾ ਇੱਕ ਟੇਪ ਆ ਜਾਣੀ ਮਾਰਕੀਟ ਦੇ ਵਿੱਚ ਔਰ ਉਹਨੂੰ ਸਟੇਜ ਦੇ ਉੱਪਰ ਬਿਲਕੁਲ ਨਾ ਪਤਾ ਹੋਵੇ ਉਹ ਕਲਾਕਾਰ ਨਹੀਂ ਹੈ ਬਿਲਕੁਲ ਆਵਾਜ਼ ਵੀ ਕਈ ਵਾਰ ਚੇਂਜ ਹੋ ਜਾਂਦੀ ਹੈ ਇਸ ਕਰਕੇ ਮੇਰਾ ਫਿਰ ਐਕਸਪੀਰੀਅੰਸ ਜਿਹੜਾ ਜਗਰਾਤਾ ਹੋ ਗਿਆ ਜਗਰਾਤਿਆਂ ਦੇ ਵਿੱਚ ਹੋ ਗਿਆ ਕਿਉਂਕਿ ਮੈਂ ਲਾਈਵ ਗਾਣਾ ਮੈਂ ਇੱਕ ਤੁਹਾਡੇ ਨਾਲ ਸਾਂਝਾ ਕਰ ਰਿਹਾ 99 ਦੇ ਵਿੱਚ ਇੱਕ ਉਸ ਟਾਈਮ ਦਾ ਬਹੁਤ ਸੁਪਰ ਡੋਪਰ ਹਿੱਟ ਔਰ ਇਸ ਟਾਈਮ ਦਾ ਵੀ ਬਹੁਤ ਵੱਡਾ ਕਲਾਕਾਰ ਜੀ ਜਿਹੜਾ ਕਿ 99 ਦੇ ਵਿੱਚ ਇੱਥੇ ਕੋਈ ਸੱਭਿਆਚਾਰਕ ਮੇਲੇ ਦੇ ਉੱਤੇ ਖੁਦ ਮੈਂ ਸੁਣਿਆ ਸੀਗਾ ਜੀ ਕਿਹੜੀ ਉਹਦੀ ਔਰ ਕੈਸਟ ਸੁਪਰ ਹਿੱਟ ਅੱਛਾ ਜੀ ਲੇਕਿਨ ਸਟੇਜ ਦੇ ਉੱਪਰੋਂ ਕੋਈ ਬਹੁਤ ਵਧੀਆ ਰਿਸਪੌਂਸ ਨਹੀਂ ਸੀਗਾ ਅੱਜ ਦਾ ਸੁਪਰ ਹਿੱਟ ਕਲਾਕਾਰ ਹੈ ਚਲੋ ਨਾਮ ਤਾਂ ਕਰ ਨਹੀਂ ਆਪਾਂ ਸੰਝਾ ਕਰਾਂਗੇ ਇਹ ਇਹ ਜੀ ਪ੍ਰੋਬਲਮ ਹੈਗੀ ਆ ਦੇਖੋ ਟੈਕਨੀਕ ਬਦਲਦੀਆਂ ਰਹੀਆਂ ਭਾਜੀ ਹੈਨਾ ਹੁਣ ਜੇ ਮੈਂ ਕਹਿੰਨੀ ਮੈਨੂੰ ਬਹੁਤ ਐਦਾਂ ਲੱਗਦਾ ਆ ਕਿਉਂਕਿ ਮੈਂ 5-6 ਸਾਲ ਦਾ ਨਾ ਗੈਪ ਪਾਤਾ ਸੀਗਾ ਜੀ ਕਿਉਂਕਿ ਘਰੇਲੂ ਪਾਪਾ ਬਿਮਾਰ ਹੋ ਗਏ ਕੁਛ ਆਪਣੇ ਘਰੇਲੂ ਕੰਮਾਂ ਚੁੱਲ ਜਗੇ 5-6 ਸਾਲਾਂ ਦੀ ਗੈਪ ਤੋਂ ਬਾਅਦ 2020 ਤੋਂ ਮੈਂ ਦੁਬਾਰਾ ਫੇਰ ਇਸ ਲਾਈਨ ਚ ਆਈ ਜੀ ਤੇ ਹੁਣ ਬੜਾ ਚੇਂਜ ਹੋ ਗਿਆ ਐਦਾਂ ਲੱਗਦਾ ਵੀ ਅਸੀਂ ਬਹੁਤ ਪੁਰਾਣੇ ਆ ਕਿਉਂਕਿ ਅਸੀਂ ਵਕਤ ਦੇਖਿਆ ਰੀਲ ਜਦੋਂ ਲੁਧਿਆਣੇ ਫੈਕਟਰੀ ਚ ਬਣਦੀ ਹੁੰਦੀ ਸੀ ਰੀਲ ਤੋਂ ਸੀੜੀਆਂ ਤੇ ਆਏ ਸੀੜੀਆਂ ਤੋਂ ਅੱਜਕੱਲ ਪੈਂਡਰ ਆਈ ਤੇ ਫੋਨਾਂ ਤੇ ਆ ਗਏ ਆ ਤੇ ਇਹ ਵੀ ਐਕਸਪੀਰੀਅੰਸ ਆ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅੱਜਕੱਲ ਕਾਮਨ ਹੋ ਗਿਆ ਆ ਹਾਂਜੀ ਕਿਉਂਕਿ ਸਟੂਡੀਓ ਚ ਗਾਣਾ ਬਹੁਤ ਆਸਾਨ ਆ ਆਸਾਨ ਜੀ ਬਹੁਤ ਆਸਾਨ ਆ ਜੀ ਅੱਜਕੱਲ ਤਾਂ ਰਾਤੋ ਰਾਤ ਸਟਾਰ ਬਣ ਜਾਂਦੀ ਆ ਹਾਂਜੀ ਗੱਲ ਹੈ ਲਾਈਵ ਜਿਹੜਾ ਬੰਦਾ ਲਾਈਵ ਆ ਗਿਆ ਜਿੱਦਾਂ ਦਾ ਵੀ ਗਾਓ ਤੁਸੀਂ ਪਬਲਿਕ ਦੇ ਵਿੱਚ ਜਾਣਾ ਹੈ ਜਿਹੜਾ ਬੰਦਾ ਲਾਈਵ ਹੀ ਨਹੀਂ ਗਾ ਸਕਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਸਿੰਗਰ ਹੈ ਉਹ ਬਿਲਕੁਲ ਕਲਾਕਾਰ ਨਹੀਂ ਹੈ ਉਹ ਲਾਈਵ ਗਾਣਾ ਹੀ ਕਲਾਕਾਰੀ ਹੈ ਜੀ ਤੁਸੀਂ ਸਰੋਤਿਆਂ ਇਹ ਨਹੀਂ ਹੈ ਕਿ ਤੁਸੀਂ ਵੀ ਕਹਿੰਦੇ ਆ ਜੀ ਕਿਉਂਕਿ ਪੰਜਾਬੀ ਗਾਇਕੀ ਦੇ ਵਿੱਚ ਜ਼ਿਆਦਾਤਰ ਕਲਾਸਿਕਲ ਕੋਈ ਨਹੀਂ ਗਾਉਂਦਾ ਨਾਮ ਵਰ ਜਿਹੜੇ ਸਿੰਗਰ ਨੇ ਇੱਕ ਗਲਾ ਹੁੰਦਾ ਭਾਜੀ ਕੁਦਰਤੀ ਜੀ ਜੋ ਆਲਿਆ गा ਸਕਦੀ ਆ ਉਹ ਆਲਿਆ ਨਹੀਂ ਗਾਣਾ ਜੋ ਗੁਰਲੇਸ਼ ਦੀਦੀ ਨੇ ਗਾਣਾ ਉਹ ਗੁਰਲੇਸ਼ ਦੀਦੀ ਨੇ ਗਾਣਾ ਐਦਾਂ ਹੀ ਜੋ ਸਲੀਮ ਭਾਜੀ ਨੇ ਗਾਣਾ ਸਲੀਮ ਭਾਜੀ ਨੇ ਗਾਣਾ ਠੀਕ ਹੈ ਜੀ ਸਟੇਟ ਵੀ ਗਾਇਕੀ ਹੁੰਦੀ ਆ ਫੀਲ ਹੁੰਦਾ ਆ ਹਨਾ ਤੁਸੀਂ ਗਾਣੇ ਨੂੰ ਓਦਾਂ ਦਾ ਫੀਲ ਦੇ ਸਕਦੇ ਹੋ ਵੀ ਯਾਨੀ ਕਿ ਲਾਈਵ ਗਾਣਾ ਆਣਾ ਚਾਹੀਦਾ ਤਾਂ ਤੁਸੀਂ ਇਸ ਮਾਰਕੀਟ ਚ ਆਓ ਜੀ ਨਹੀਂ ਸ਼ੌਕੀਆਂ ਤਾਂ ਤੁਸੀਂ ਅੱਜਕੱਲ੍ਹ ਫੋਨ ਤੇ ਸੋਸ਼ਲ ਮੀਡੀਆ ਤੇ ਆਮ ਹੀ ਹੋ ਗਿਆ ਕਾਮਨ ਹੋ ਗਈ ਚੀਜ਼ ਆ ਆਲਿਆ ਜੀ ਤੁਹਾਡੀ ਲਾਈਫ ਦੀ ਕੋਈ ਮਿੱਠੀ ਯਾਦ ਸਾਡੇ ਨਾਲ ਸਾਂਝੀ ਕਰੋ ਮਿੱਠੀਆਂ ਯਾਦਾਂ ਜੀ ਸੰਤੂ ਯਾਦਾਂ ਹੀ ਸਾਰੀਆਂ ਮੇਰੇ ਕੋਲ ਯਾਦਾਂ ਬਹੁਤ ਨੇ ਭਾਜੀ ਹਨ ਪਰ ਇੱਕ ਫਿਰ ਮੈਂ ਤੁਹਾਨੂੰ ਕਹਾਂਗੀ ਕਿ ਮੈਂ ਲਾਈਵ ਸਟੇਜ ਬਹੁਤ ਕੀਤੀਆਂ ਨੇ ਜੀ ਤੇ ਬੜੇ ਵਧੀਆ ਪਰਸਨ ਸਾਰੀ ਮਿਲੇ ਆ ਜਿੰਨਿਆਂ ਨਾਲ ਵੀ ਕੰਮ ਕੀਤਾ ਬੜਾ ਵਧੀਆ ਮੇਰੇ ਉਹਨਾਂ ਨਾਲ ਫੈਮਿਲੀ ਰਿਲੇਸ਼ਨ ਰਹਿ ਚੁੱਕੇ ਆ ਤੇ ਇੱਕ ਸਟੇਜ ਬੁੱਕ ਹੋਈ ਮੈਨੂੰ ਜਿਹੜੇ ਸਾਰਥੀ ਕੇ ਮੇਰਾ ਭਰਾ ਜੀ ਉਹਦਾ ਫਰਸਟ ਗਾਣਾ ਮੈਂ ਕੀਤਾ ਸਹੀ ਆਪਣੇ ਮਲੇਰ ਕੋਡਲੈਸ ਸਟੂਡੀਓ ਚ ਜਦੋਂ ਡਿਊਟ ਉਸ ਤੋਂ ਬਾਅਦ ਮੇਰੇ ਭਰਾ ਦਾ ਬੜਾ ਨਾਂ ਬਣਿਆ ਚੰਡੀਗੜ੍ਹ गाना ਆਇਆ ਸਾਰਥੀਕੇ ਦਾ ਤੇ ਢਬਲਾਨ ਇੱਕ ਸਟੇਜ ਮਿਲੀ ਮੈਨੂੰ ਢਬਲਾਨ ਆਪਣੇ ਨਾਂ ਬਿਲੰਗ ਹਾਂਜੀ ਨੀਅਰ ਪਟਿਆਲਾ ਤੋਂ ਉੱਥੇ ਜਦੋਂ ਮੈਨੂੰ ਪ੍ਰੋਗਰਾਮ ਬੁੱਕ ਹੋਇਆ ਕੱਲੀ ਨੂੰ ਮੈਂ ਕੱਲੀ ਮੈਂ ਕੱਲੀ ਡਿਊਡ ਗਾ ਨਹੀਂ ਗਾ ਲੈਂਦੀ ਹੁੰਦੀ ਸੀਗੀ ਹਨਾ ਜਿੱਦਾਂ ਦਾ ਵੀ ਬਜਟ ਹੁੰਦਾ ਸੀਗਾ ਹਨਾ ਪੈਸੇ ਲਈ ਨਹੀਂ ਇਨਸਾਨੀਅਤ ਵੀ ਕਮਾਈ ਐ ਤੇ ਪੈਸਾ ਵੀ ਕਮਾਇਆ ਹਾਂਜੀ ਜੀ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਮਾਨ ਸਾਹਿਬ ਨੇ ਬਾਅਦ ਵਿੱਚ ਕਿਉਂਕਿ ਜੂਨੀਅਰਾਂ ਜੂਨੀਅਰ ਪਹਿਲਾਂ ਹੀ ਗਾਉਂਦੇ ਆ ਹਨਾ ਜੀ ਚਲੋ ਠੀਕ ਹੈ ਓਕੇ ਤੇ ਸਡਨਲੀ ਜਦੋਂ ਮੈਂ ਉੱਥੇ ਗਈ ਉੱਥੇ ਜਾ ਕੇ ਪਤਾ ਲੱਗਿਆ ਇਹ ਤੁਹਾਨੂੰ ਮਿੱਠੀ yaad ਦੀ ਗੱਲ ਦੱਸਦੀ ਹੈ ਜੀ 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 ਜਦੋਂ ਮੈਂ ਗਈ ਕਹਿੰਦੇ ਜੀ ਮਾਨ ਸਾਹਿਬ ਨੇ ਪਹਿਲਾ ਗਾਣਾ ਹੁਣ ਤੁਸੀਂ ਆਪ ਸੋਚੋ ਹਰਪ੍ਰਸਾਦ ਮਾਨ ਜੀ ਨਹੀਂ ਜੀ ਗੁਰਦਾਸ ਮਾਨ ਗੁਰਦਾਸ ਮਾਨ ਸਾਹਿਬ ਠੀਕ ਹੈ ਲੋਕ ਤਰਸਦੇ ਆ ਜੀ ਹਾਂ ਜੀ ਤੇ ਫਸਟ ਟਾਈਮ ਹੀ ਆਲਿਆ ਨਹੀਂ ਦੇਖਿਆ ਉਹਨਾਂ ਨੂੰ ਲਾਈਵ ਮੇਰੇ ਕੀ ਮੇਰੀ ਮੰਮਾ ਮੇਰੇ ਨਾਲ ਠੀਕ ਹੈ ਜੀ ਇੱਕ ਮੇਰੇ ਚ ਇੱਕ ਕਮੀ ਲਾ ਲੋ ਜਾਂ ਕੁਝ ਵੀ ਮੇਰੀ ਮਦਰ ਮੇਰੇ ਸਾਹਮਣੇ ਬੈਠੇ ਆ ਤਾਂ ਮੈਂ ਜਿਹੜਾ ਮਰਜੀ ਕਲਾ ਕਰ ਕੇ ਬੈਠਾ ਕੀ ਬਾਤ ਹੈ ਕੀ ਬਾਤ ਮੇਰੀ ਮਾਂ ਦੀ ਅੱਖਾਂ ਮੇਰੀਆਂ ਅੱਖਾਂ ਮੇਰੀ ਮਾਂ ਬੈਠੀ ਆ ਤਾਂ ਮੇਰਾ ਰੱਬ ਬਸ ਮੇਰਾ ਰੱਬ ਬੈਠਾ ਤੇ ਮੈਨੂੰ ਪਤਾ ਮੇਰੀ ਸਟੇਜ ਪਾਸ ਜੀ ਮੇਰੀ ਮੰਮਾ ਮੇਰੇ ਬਸ ਕਹਿੰਦੇ ਨੇ ਮੈਨੂੰ ਮੇਰੀ ਮਾਂ ਦਾ ਨਸ਼ਾ ਆ ਵੀ ਸਾਹਮਣੇ ਬੈਠੇ ਰਹਿ ਕੇ ਕੀ ਬਾਤ ਹੈ ਜੀ ਤੇ ਮਾਨ ਸਾਹਿਬ ਨੇ ਇਨ ਟਾਈਮ ਕਹਿੰਦੇ ਜੀ ਮਾਨ ਸਾਹਿਬ ਨੇ ਗਾਉਣਾ ਪਹਿਲਾਂ ਔਰ ਮੈਂ ਟੈਂਸ਼ਨ ਦੇਖੋ ਹੁੰਦੀ ਹੈ ਜੂਨੀਅਰ ਇੱਕ ਤਾਂ ਮੇਰੀ ਇੱਕ ਤਾਂ ਜੂਨੀਅਰ ਹੁੰਦਾ ਜੀ ਇੱਕ ਜੂਨੀਅਰ ਤੋਂ ਵੀ ਜੂਨੀਅਰ ਮੇਰੀ ਸਟਾਰਟਿੰਗ ਸੀ ਉਸ ਟਾਈਮ ਜੀ ਸੋਲੋ ਕੇ ਸੋਲੋ ਸਟੇਜ ਦਾ ਜਾਂ ਸੋਲੋ ਕੇਸਟ ਦਾ ਨਾ ਤੇ ਜਦੋਂ ਬਾਈ ਜੀ ਗਾ ਕੇ ਉਤਰੀ ਤੇ ਉਤਰੀ ਨਹੀਂ ਉਹ ਇੱਕਦਮ ਹੀ ਮੇਰਾ ਨਾਮ ਬੋਲਤਾ ਤੇ ਮੈਂ ਸਟੇਜ ਤੇ ਗਿਆ ਮੈਂ ਕਿਹਾ ਮੈਨੂੰ ਪੇਮੈਂਟ ਨਹੀਂ ਚਾਹੀਦੀ ਜੀ 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 ਮੈਨੂੰ ਪੇਮੈਂਟ ਨਹੀਂ ਚਾਹੀਦੀ ਮੈਂ ਸੀਰੀਅਸਲੀ ਉੱਥੋਂ ਕੁਝ ਨਹੀਂ ਲੈ ਕੇ ਆਈ ਜੋ ਕਲੈਕਸ਼ਨ ਵੀ ਸੀ ਉਹ ਵੀ ਮੈਂ ਦਰਗਾਹ ਤੀ ਦੇਤੀ ਉੱਤੇ ਠੀਕ ਹੈ ਜੀ ਵੀ ਮਾਨ ਸਾਹਿਬ ਬੈਠ ਕੇ ਮੇਰਾ ਗਾਣਾ ਸੁਣ ਕੇ ਗਏ ਸਭ ਤੋਂ ਵੱਡੀ ਚੀਜ਼ ਕੀ ਹੈ ਇਹ ਸੀ ਮੇਰੇ ਲਈ ਤੇ ਉਹਨਾਂ ਦਾ ਜਿਹੜਾ 500 ਰੁਪਿਆ ਉਹਨਾਂ ਨੇ ਜਿਹੜਾ ਮੈਨੂੰ ਦਿੱਤਾ ਤੇ ਉਹ ਮੈਂ ਸੰਭਾਲ ਕੇ ਰੱਖਿਆ ਸਭ ਤੋਂ ਮਿੱਠੀ ਯਾਦ ਮੇਰੇ ਲਈ ਇਹ ਆ ਉਹ 500 ਤੁਸੀਂ ਬਿਲਕੁਲ ਉਹ ਮੇਰੇ ਲਈ 5 ਕਰੋੜ ਕੀ ਜਿੰਨੀ ਵੀ ਮੈਂ ਕਹਿੰਨੀ ਆ ਬਈ ਉਹ ਹੈ ਬਸ ਦੁਬਾਰਾ ਨਹੀਂ ਮਿਲੇ ਪਰ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਆ ਉਹ ਮਿੱਠੀ ਯਾਦ ਆ ਮੇਰੀ ਤੇ आलिया ਜੀ ਇਹ ਮਿੱਠੀ ਯਾਦ ਹੋ ਗਈ ਜੇ ਆਪਾਂ ਕੋਈ ਕੋੜੀ ਯਾਦ ਦੀ ਗੱਲ ਕਰੀਏ ਤਾਂ ਜੀ ਕੋੜੀਆਂ ਤਾਂ ਕੋਈ ਨਹੀਂ ਇੱਕ ਮੇਰੇ ਕੋ ਸinger ਸੀਗੇ ਨਾ ਤਾਂ ਨਹੀਂ ਲੈਣਾ ਜੀ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਨਹੀਂ ਪਿੰਚ ਹੋ ਜਾਂਦੀ ਹੈ ਕਈ ਵਾਰ ਕਿਉਂਕਿ ਸਭ ਨੂੰ ਪਤਾ आलिया ਮੈਂ ਇੰਟਰਵਿਊ ਵੀ ਬਹੁਤ ਘਾਟੀ ਕਿਤੇ ਆ ਜੀ ਕਿਉਂਕਿ ਮੈਂ ਬੜ ਬੋਲੀ ਅਸੀਂ ਖੁਸ਼ ਖੁਸ਼ਕਿਸਮਤ ਆ ਫਿਰ ਇਹਦਾ ਮਤਲਬ ਉਸ ਕੀਤੇ ਬਾਅਦ ਚ ਨਾ ਕਹਿ ਦਿਓ ਵੀ ਆਲੀਆਂ ਨੇ ਬਹੁਤ ਟਾਈਮ ਲਾ ਲਿਆ ਮੈਂ ਇੰਟਰਵਿਊ ਕਰਦੀ ਹਾਂ ਕਿ ਉਹ ਜਿਹੜੇ ਮੇਰੇ ਸਿੰਗਰ ਸੀਗੇ ਬੜਾ ਸਾਡਾ ਵਧੀਆ ਐਕਸਪੀਰੀਅੰਸ ਰਿਹਾ ਸੀ ਸਟੇਜਾਂ ਜ਼ਿਆਦਾਤਰ ਮੈਂ ਉਹਨਾਂ ਦੇ ਨਾਲ ਹੀ ਲਾਂਦੀ ਸੀ ਐਦਾਂ ਹੀ ਸਾਨੂੰ ਦੁਆਬੇ ਦੇ ਵਿੱਚ ਦੇਖੋ ਤੁਹਾਨੂੰ ਪਤਾ ਉੱਧਰ ਧਾਰਮਿਕ ਲੋਕ ਵੱਧ ਨੇ ਮੇਲੇ ਉੱਧਰ ਹਾਂਜੀ ਤੇ ਸਿੰਗਰ ਹਨ ਜਿਹੜਾ ਸਿੰਗਰ ਮੇਰੀ ਮੇਰੀ ਸੋਚ ਦੇ ਮੁਤਾਬਿਕ ਜਿਹੜੇ ਵੀ ਉਸਤਾਦ ਜਿੱਦਾਂ ਦੇ ਜਿੱਦਾਂ ਦੇ ਲੋਕਾਂ 'ਚ ਅਸੀਂ ਬੈਠੀ ਆ ਹਨਾ ਸਿੰਗਰ ਨੂੰ ਹਰ ਤਰ੍ਹਾਂ ਦਾ ਗਾਣਾ ਆਉਣਾ ਚਾਹੀਦਾ ਚਾਹੇ ਉਹ ਸੂਫੀ ਆ ਚਾਹੇ ਉਹ ਸੈਡ ਆ ਗਾਣਾ ਉਹਨੇ ਆਪਣੇ ਤਰੀਕੇ ਨਾਲ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਪਤਾ ਨਹੀਂ ਆਡੀਅנס ਨੇ ਕੀ ਕਹਿ ਦੇਣਾ ਹੈ ਨਾ ਤੇ ਉਹਨਾਂ ਦਾ ਗਾਣਾ ਬੜਾ ਹਿੱਟ ਸੀ ਜੀ ਪਰ ਉਹ ਥੋੜਾ ਤੇਪਰਾਂ ਦੀ ਗੱਲਬਾਤ ਸੀਗੀ ਆਸ਼ਕੀ ਮਸ਼ੂਕੀ ਵਾਲੀ ਗੱਲ ਸੀ ਬਾਬਿਆ ਨੇ ਜਰਾ ਕਹਿ ਦਿੱਤਾ ਗੱਲ ਹੁਣ ਸੁਣ ਕੇ ਸ਼ਾਦਨ ਉਹਨਾਂ ਨੂੰ ਪਿੰਚ ਹੋ ਜਾਈਗੀ ਆਸ਼ੂ ਚੋਪੜਾ ਜੀ ਸਾਡੇ ਐਂਕਰ ਸੀਗੇ ਜੀ ਹੁਣ ਤੁਸੀਂ ਦੇਖੋ ਜੀ ਦੁਆਬੇ ਦਾ ਮੇਲਾ ਹੋਵੇ ਗਜਾ ਗਜ ਭਰਿਆ ਹੋਇਆ ਹੋਣਾ ਤੇ ਬਾਬਾ ਜੀ ਨੇ ਆ ਕੇ ਜਦੋਂ ਨਾਲ ਕੋਲ ਮਾਈਕ ਫੜਿਆ ਦੇਖੋ ਮੇਰੀ ਇੱਕ ਡਿਊਟੀ ਆ ਡਿਊਡ ਦੁਗਾਣਾ ਜਿਹੜਾ ਗਾਇਕੀ ਆ ਜਾਂ ਸਟੇਜ ਆ ਉਹ ਦੋਨਾਂ ਦਾ ਟੀਮ ਵਰਕ ਆ ਟੀਮ ਵਰਕ ਬਿਲਕੁਲ ਅਗਰ ਤੁਹਾਡੀ ਟਵਿਨਿੰਗ ਹੈ ਤਾਂ ਤੁਹਾਡੀ ਸਟੇਜ ਪਾਸ ਜੀ ਕੋੜੀ ਯਾਦ ਕਿਉਂਕਿ ਇਹ ਹੀ ਮੇਰੇ ਦਿਲ ਦੇ ਬਹੁਤ ਕਰੀਬ ਆ ਔਰ ਉਸ ਤੋਂ ਬਾਅਦ ਮੈਂ ਮਾਈਕ ਇੱਕਦਮ ਫੜਿਆ ਮਾਫੀ ਮੰਗ ਕੇ ਆਪਾਂ ਸੂਫੀ ਗਾਣਾ ਸਟਾਰਟ ਕਰਤਾ ਮੈਂ ਪਰਸਨਲੀ ਵੀ ਕਿਹਾ ਵੀ ਤੁਸੀਂ ਆ ਸ਼ਹੀਦ ਭਗ ਸਿੰਘ ਦਾ ਗਾਦੋ ਜਾਂ ਕੁਝ ਵੀ ਆਪਾਂ ਗਾ ਸਕਦੇ ਹਾਂ ਸੱਭਿਆਚਾਰ ਪੀਰਾਂ ਦੀ ਦਰਗਾਹ ਦੇ ਉੱਪਰ ਮੇਲਾ ਹਾਂਜੀ ਯਾ ਸੂਫੀ ਗਾਦੋ ਜਾਂ ਕੁਝ ਵੀ ਗਾਦੋ ਵੀ ਠੀਕ ਹੈ ਆਪਣੇ ਗਾਣੇ ਹਿੱਟਾਂ ਬਟ ਆਪਾਂ ਨੂੰ ਆਡੀਅנס ਦੇ ਮੁਤਾਬਕ ਚੱਲਣਾ ਚਾਹੀਦਾ ਆਡੀਅנס ਦੇ ਮੁਤਾਬਕ ਵੀ ਔਰ ਕਿਸ ਜਗ੍ਹਾ ਤੇ ਤੁਸੀਂ ਗਾ ਰਹੇ ਹੋ ਇਸ ਨੂੰ ਮੱਦੇਨਜ਼ਰ ਹਾਂਜੀ ਪਰ ਉਹ ਜਿਹੜੇ ਸਿੰਗਰ ਸੀਗੇ ਬੜਾ ਨਾਂ ਸੀ ਉਹਨਾਂ ਦਾ ਉਸ ਟਾਈਮ ਬੜੇ ਹਿੱਟ ਸੀਗੇ ਉਹ ਥੋੜੇ ਆਪਣੇ ਐਟੀਟਿਊਡ ਚ ਮੈਂ ਮਾਈਕ ਫੜਿਆ ਤੇ ਗੱਡੀ ਚੱਕੀ ਤੇ ਤੁਰਦੇ ਲੱਗੇ ਮੈਂ ਗਾ ਰਹੀ ਹਾਂ ਇੱਧਰ ਤੇ ਮੈਂ ਖੁਦ ਜਾਂਦੇ ਵੇ ਦੇਖਿਆ ਤੇ ਉਹ ਸਟੇਜ ਆਲੀਆ ਦੀ ਲਾਸਟ ਸੀਓਸ ਪਰਸਨ ਦੇ ਜੀ 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 ਕਿਉਂਕਿ ਗੱਡੀ ਦੀ ਟੈਨਸ਼ਨ ਨਹੀਂ ਹੈ ਜੀ ਤੁਸੀਂ ਇੱਕ ਆਪਣਾ ਕੰਮ ਤੁਸੀਂ ਆਪਣੇ ਕੰਮ ਪ੍ਰਤੀ ਸੈਂਸੀਅਰ ਨਹੀਂ ਹੋ ਅੱਛਾ ਤੁਸੀਂ ਮਤਲਬ ਪ੍ਰੋਗਰਾਮ ਉਹਨਾਂ ਨਾਲ ਹੀ ਕਰ ਰਹੇ ਸੀਗੇ ਉਸੇ ਸਿੰਗਰ ਦੇ ਨਾਲ ਡਿਊਟ ਉਸੇ ਸਿੰਗਰ ਦੇ ਨਾਲ ਡਿਊਟ ਗਏ ਸੀ ਡਿਊਟ ਵੀ ਕਰਦੇ ਸੀਗੇ ਤੇ ਸਾਨੂੰ ਡਿਊਟੀ ਬੁੱਕ ਹੋਇਆ ਸੀਗਾ ਬਟ ਬਾਬਾ ਜੀ ਨੇ ਅਗਰ ਕਹਤਾ ਤੁਸੀਂ ਦੇਖੋ ਵੱਡੇ ਨੇ ਸਾਡੇ ਸਾਡੀ ਇਹ ਬਹੁਤ ਛੋਟੀ ਆ ਇੱਕ ਬਜ਼ੁਰਗ ਬੰਦਾ ਤੁਹਾਨੂੰ ਕਹਿ ਰਿਹਾ ਤੁਸੀਂ ਉਦਾਂ ਉਦਾਂ ਹੈ ਨਾ ਕਰਨਾ ਪੈਂਦਾ ਦੇਖੋ ਮੈਨੂੰ ਨਹੀਂ ਪਤਾ ਆਡੀਅנס ਚ ਕਿਦਾਂ ਦਾ ਬੰਦਾ ਬੈਠਾ ਹੈ ਆਪਾਂ ਹਰ ਇੱਕ ਬੰਦੇ ਦੇ ਹੈ ਨਾ ਮੈਂ ਦਿਮਾਗ ਨਹੀਂ ਪੜ ਸਕਦੀ ਕਿਸੇ ਨੂੰ ਕੁਝ ਪਸੰਦ ਆਉਂਦਾ ਕਿਸੇ ਨੂੰ ਕੁਝ ਉਹ ਜਿਹੜਾ ਮੈਂ ਮਾਈਕ ਫੜਿਆ ਉਹਨਾਂ ਕੋਲੋਂ ਸ਼ਾਇਦ ਉਹਨਾਂ ਨੂੰ ਉਹ ਬੁਰਾ ਲੱਗ ਗਿਆ ਇੱਕਦਮ ਮੈਂ ਸਟੇਜ ਸਭੰਨ ਲੰਦੀ ਕੀਤੀ ਤੇ ਉਹ ਜਨਾਬ ਗੱਡੀ ਚੱਕ ਕੇ ਚਲੇ ਗਏ ਤੇ ਉਹ ਸਟੇਜ ਆਲੀਆ ਦੀ ਉਹ ਸਿੰਗਰ ਦੇ ਨਾਲ ਲਾਸਟ ਸੀ ਐਦਾਂ ਦੀ ਲਾਸਟ ਸੀਗੀ ਕਿ ਦੁਬਾਰਾ ਕਾਲ ਨਹੀਂ ਮਤਲਬ ਸੰਪਰਕ ਦੁਬਾਰਾ ਕੋਈ गाना ਨਹੀਂ ਬਿਲਕੁਲ ਜੀ ਤੁਸੀਂ ਆਪਣੇ ਰਸਤੇ ਅਸੀਂ ਆਪਣੇ ਰਸਤੇ ਬਸ ਇਹ ਕੋੜੀ ਯਾਦ ਸਾਂਭੀ ਹੋਈ ਆ ਬਟ ਹੁਣ ਦੁਬਾਰਾ ਫੋਨ ਆਉਣ ਲੱਗ ਗਿਆ ਸਿੰਗਰ ਦਾ ਇੰਨੀ ਸੁਰੀਲੀ ਗਾਇਕੀ ਨਾਲ ਤੁਸੀਂ ਮਤਲਬ ਹੁਣ ਤੱਕ ਸਰੋਤਿਆਂ ਦੀ ਸੇਵਾ ਕੀਤੀ ਤੁਸੀਂ ਖੁਦ ਕਿੰਨਾਂ ਨੂੰ ਸੁਣਨਾ ਪਸੰਦ ਕਰਦੇ ਹੋ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੇਰੇ ਘਰ ਦੇਆਂ ਨੂੰ ਮੇਰੀ ਸਿਸਟਰ ਜਾਂ ਮੇਰੀ ਮਮਾ ਜਦੋਂ Song ਵਗੈਰਾ ਲਾ ਮੈਂ ਬਹੁਤ ਡਿਸਟਰਬ ਹੋ ਜਾਂਦੀ ਆ ਪਲੀਜ਼ ਯਾਰ ਡੀਜੇ ਨਾ ਲਗਾਓ ਕਿਉਂਕਿ ਲਾਈਵ ਜਾ ਜਾ ਕੇ ਉਹ ਪਰ ਮੈਂ ਚੋਰੀਓ ਜੀ ਮਿਊਜ਼ਿਕ ਜਿਹੜਾ ਨਾ ਕਹਿੰਦੇ ਨੇ ਇੱਕ ਇਬਾਦਤ ਆ ਇਬਾਦਤ ਜਿੰਨੀ ਤੁਸੀਂ ਚੋਰੀਆਂ ਕਰੋਗੇ ਉਹ ਕਬੂਲ ਹੁੰਦੀ ਆ ਨਮਾਜ਼ ਪੜਨੀ ਨਮਾਜ਼ ਪੜਨੀ ਨਮਾਜ਼ ਪੜਨੀ ਬਹੁਤ ਤੁਸੀਂ ਤੁਸੀਂ ਦੋ ਲਫ਼ਜ਼ਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦਿੱਤੀ ਇਹ ਜਿਹੜੇ ਨਾ ਕਹਿੰਦੇ ਆ ਅਸੀਂ ਗੁਰਦੁਆਰਾ ਸਾਹਿਬ ਜਾਣਾ 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 ਜੀ ਕਿਉਂ ਦਿਖਾਵਾ ਕਰਦੇ ਹੋ ਜਾਣਾ ਜਾਓ ਠੀਕ ਹੈ ਤੁਸੀਂ ਕਹਿ ਕਿਉਂ ਰਹੇ ਹੋ ਮੱਥਾ ਟੇਕਣ ਜਾਣਾ ਜਾਂ ਤੁਸੀਂ ਨਮਾਜ਼ ਦਾ ਜ਼ਿਕਰ ਕਰਿਆ ਐਦਾਂ ਹੀ ਮਿਊਜ਼ਿਕ ਆ ਮੇਰੇ ਲਈ ਮਿਊਜ਼ਿਕ ਮੇਰਾ ਐਦਾਂ ਹੀ ਆ ਜੀ ਕਿਉਂਕਿ ਜੋ ਅੱਜਕਲ ਚੱਲੇ ਆ ਓਨੀ ਕ ਗਾਇਕੀ ਮੈਨੂੰ ਆਉਂਦੀ ਆ ਠੀਕ ਹੈ ਜੀ ਅੱਧੇ ਘੰਟੇ ਚ ਗਾਣਾ ਕਰੀ ਜਾਂਦਾ ਡੁਇਡ ਗਾਣਾ ਯਾ ਚਲੋ ਘੰਟੇ ਚ ਹੋ ਜਾਂਦਾ ਆ ਇੱਕ ਦਿਨ ਚ ਦੋ ਦੋ ਵੀ ਕੀਤੇ ਆ ਤਿੰਨ ਤਿੰਨ ਵੀ ਕੀਤੇ ਆ ਦੁਬਾਰਾ ਹੁਣ ਸਟਾਰਟਿੰਗ ਹੋ ਰਹੀ ਆ ਕਾਫੀ ਗਾਣੇ ਕਰਕੇ ਆਉਂਦੇ ਆ ਪਰ ਜਿਹੜੀ ਮੇਰੀ ਚੋਰੀ ਵਾਲੀ ਗਾਇਕੀ ਜਿਹੜੀ ਮੈਂ ਸੁਣਦੀ ਆ ਮੈਂ ਗੁਲਾਮਲੀ ਸਾਹਿਬ ਨੂੰ ਬਹੁਤ ਸੁਣਦੀ ਆ ਜੀ ਤੇ ਮੈਡਮ ਨੂਰਜਾਨ ਜੀ ਨੂੰ ਸੁਣਦੀ ਆ ਤੇ ਮੈਂ ਰਿਚਾ ਸ਼ਰਮਾ ਜੀ ਨੂੰ ਬਹੁਤ ਸੁਣਦੀ ਆ ਔਰ ਮੋਸਟਲੀ ਗੁਰਲੇਸ ਦੀਦੀ ਨੂੰ ਸੁਣਦੀਆਂ ਕਿਉਂਕਿ ਮੇਰੀ ਫਰਸਟ ਕੰਪੀਟੀਸ਼ਨ ਇੱਕ ਹੋਇਆ ਸੀਗਾ ਉਹਦੇ ਵਿੱਚ ਆਏ ਸੀਗੇ ਉਹ ਮੇਰੇ ਜੱਜ ਸੀਗੇ ਜੀ ਉਹਨਾਂ ਦੀ ਜਾਣ ਕੇ ਸਟਾਈ ਸੀ ਮੇਰੀ ਜਾਣਤਾ ਨਹੀਂ ਲੈਣੀ ਜੀ ਮੇਰੀ ਜਾਣਤਾ ਠੀਕ ਹੈ ਜੀ ਤੇ ਮੈਂ ਲਾਈਵ ਉਹਨਾਂ ਦੇ ਸਾਹਮਣੇ ਉਹੀ ਗਾਤਾ ਬਸ ਇਹਨਾਂ ਨੂੰ ਚਾਰ ਕਲਾਕਾਰਾਂ ਨੂੰ ਸੁਣਦੀਆਂ ਬਾਕੀ ਸਾਰਿਆਂ ਨੂੰ ਸੁਣੀਦਾ ਹੈ ਜੀ ਬਾਕੀ ਦਾ ਐਕਸਪੀਰੀਅੰਸ ਐਦਾਂ ਦਾ ਕਿ ਮੇਰਾ ਗਾਣਾ ਵੀ ਚੱਲਦਾ ਹੂ ਮੈਂ ਦੁਬਾਰਾ ਗਾਣਾ ਆਪਣਾ ਨਹੀਂ ਸੁਣਦੀ ਜੀ 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 ਬਸ ਐਦਾਂ ਹੀ ਆ ਜੀ ਬਸ ਕਿਹੜੇ ਕਿਹੜੇ ਗੀਤ ਕਰਾਂ ਦੇ ਕੀ ਹੁਣ ਤੱਕ ਗਾ ਚੁੱਕੇ ਹੋ ਮੈਜੀ ਕਰਮਜੀਤ ਪੁਰੀ ਜੀ ਦੀ ਕਲਮ ਸੁੱਕਾ ਠੱਤੀ ਵਾਲਾ ਜੀ ਜੀ ਸੰਗਦੀਲ ਸੰਤਾਲੀ ਬਾਜੀ ਦਾ ਵੀ ਗਾਇਆ ਬਟ ਉਹ ਰਿਲੀਜ਼ ਨਹੀਂ ਹੋਇਆ ਤੇ ਜੱਗੀ ਜੋੜਕੀਆਂ ਜੀ ਹੋਰ ਕਾਫੀ ਰਾਈਟਰ ਨੇ ਹੁਣ ਮੈਂ ਇੱਕ ਮਹੀਨਾ ਲੇਟਸਟ ਹੁਣੀ ਰਿਲੀਜ਼ ਹੋਇਆ ਉਹ ਬੜਾ ਵਿਵਾਦ ਹੋਣੇ ਸੀਗੇ ਬਟ ਮੈਂ ਮਨਨ ਘਰ ਤੱਕ ਕੀ ਅਸੀਂ ਵਿਵਾਦਾਂ ਦੇ ਵਿੱਚ ਨਹੀਂ ਆਣਾ ਤੁਸੀਂ ਸ਼ਾਇਦ ਦੀ ਕੰਟ੍ਰੋਵਰਸੀ ਦੇ ਵਿੱਚ ਕਾਫੀ ਰਿਆ ਤੁਹਾਡਾ ਗਿੱਤ ਤੇ ਅਸੀਂ ਚਾਹਾਂਗੇ ਵੀ ਉਹਦੀਆਂ ਵੀ ਦੋਲੈਨਾਂ ਤੁਸੀਂ ਸਰੋਤੇ ਦੇ ਸਾਨੂੰ ਕਰੋ ਇਹੋ ਇੱਕ ਵਾਰੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕਦੇ ਮੈਂ ਲਾਈਵ ਨਹੀਂ ਹੋਈ ਸੀ ਦੇਖੋ ਮੈਂ ਕੋਈ ਐਦਾਂ ਦੀ ਚੀਜ਼ ਨਹੀਂ ਜਾਣਦੀ ਕਿਉਂਕਿ ਕੌਂਟਰੋਵਰਸੀ ਤਾਂ ਗਾਣੇ ਕਰਕੇ ਹੋਣੀ ਸੀ ਪਰ ਲੋਕਾਂ ਨੇ ਕਹਿਣਾ ਸੀਗਾ ਪਤਾ ਨਹੀਂ ਆ ਲਿਆ ਵੀ ਇਸੇ ਕੰਮ ਨੂੰ ਤੁਰ ਪਈ ਹੈ ਨਾ ਅਸੀਂ ਇੱਕ ਕਲਾਕਾਰ ਅਸੀਂ ਉਹ ਚੀਜ਼ ਨਹੀਂ ਕਰਾਂਗੇ ਜਿਹੜੇ ਸਾਡੇ ਸਰੋਤਿਆਂ ਨੂੰ ਪਸੰਦ ਨਹੀਂ। ਸਰੋਤਿਆਂ ਦੇ ਵਿੱਚ ਜੇ ਅਸੀਂ ਕਿਸੇ ਦੀ ਗੱਲ ਵੀ ਕਰ ਰਹੇ ਹਾਂ ਕਿਉਂਕਿ ਮੈਂ ਮੇਰੇ ਲਈ ਤਾਂ ਉਹ ਵੀ ਮੇਰਾ ਸਰੋਤਾ ਹੈ। ਗਾਣਾ ਉਹਦੇ ਕੰਨੀਆਂ ਵੀ ਪਹੁੰਚਣਾ ਹੈ ਹਨਾ। ਮੇਰੇ ਮੇਰੀ ਸੋਚ ਬੜੀ ਡਿਫਰੈਂਟ ਹੈ। ਮੈਨੂੰ ਜਿਹੜੇ ਡਿਸਲਾਈਕ ਵੀ ਆਉਂਦੇ ਆ ਨਾ ਉਹ ਵੀ ਕੁਛ ਨਾ ਕੁਛ ਸਿਖਾ ਕੇ ਜਾਂਦੇ ਆ। ਉਹ ਵੀ ਸਿਖਾਉਂਦੇ ਆ ਉਹ ਕੁਝ ਹੋਰ ਕਰਨ ਦਾ ਸਿਖਾਉਂਦੇ ਬਟ ਜੇ ਆਪਾਂ ਕਹਿੰਦੇ ਇਹ ਢੇਡਪੋਨੇ ਦਾ ਸਾਡਾ ਲਾਈਕ ਵੱਧ ਗਿਆ। ਸਾਡੇ ਵਿਊ ਵੱਧ ਗਏ ਹਨਾ। ਪਰ ਉੱਥੋਂ ਸਿੱਖਣ ਨੂੰ ਮਿਲਦਾ ਆ। ਬਣਾ ਮੈਂ ਵੀਡੀਓ ਮੈਨੂੰ ਦੁੱਖਤਾ ਹੋਇਆ ਵੀਡੀਓ ਡਿਲੀਟ ਕਰਨਾ ਪਿਆ ਮੈਂ ਕਿ ਭਾਜੀ ਅਸੀਂ ਨਹੀਂ ਇਸ ਕੰਮ ਜਾਣ ਚਮਕੌਰ ਗਿਲ ਕਰ ਡਿਲੀਟ ਕਰਨਾ ਪਿਆ ਤੁਹਾਨੂੰ ਵੀਡੀਓ ਹਾਂਜੀ 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 ਉਹ ਬੜਾ ਅਸੀਂ ਕਰਿਆ ਕਿ ਤੂੰ ਮੈਨੂੰ ਸੱਚਾ ਸਮਾਜ ਸੇਵਕ ਨਹੀਂ ਲੱਗਦਾ ਕਿ ਫੇਸਬੁੱਕ ਉੱਤੇ ਤੇਰੀ ਤਸਵੀਰ ਨਹੀਂ ਦਿਸਦੀ ਤੇ ਬੜੀ ਵਧੀਆ ਕਲਮ ਲੱਗੀ ਕਿ ਮੈਸੇਜ ਸੀਗਾ ਦੇਖੋ ਕਈ ਲੋਕ ਇਹਨਾਂ ਦਾ ਲਿਖਿਆ ਸੀ ਇਹ ਚਮਕੌਰ ਗਿਲ ਨੇ ਜੀ ਕਦ ਗਿਲ ਤੋਂ ਤਰਨ ਤਰਨ ਤੋਂ ਤੇ ਬੜਾ ਅੱਛੇ ਰਾਈਟਰ ਨੇ ਉਹਨਾਂ ਦਾ ਇੱਕ ਗਾਣਾ ਮੈਂ ਹੋਰ ਕਰ ਰਹੀ ਹੈਗੀ ਆ ਰੋਮਾਂਟਿਕ ਤੇ ਉਹਨਾਂ ਨੇ ਜਦੋਂ ਸੁਣਾਇਆ ਇੱਕ ਮੈਂ ਉਹਨਾਂ ਦਾ ਭਗੇ ਸਿੰਘ Song ਵੀ ਕਰ ਰਹੀ ਆ ਆਉਣ ਵਾਲੇ ਟਾਈਮ 'ਚ ਤੁਹਾਨੂੰ ਸੁਣਾਵਾਂਗੀ ਮਾਰਚ ਦੇ ਸਟਾਰਟਿੰਗ ਟਾਈਮ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਗਾਣਾ ਵਾਕਈ ਕੌਂਟਰੋਵਰਸੀ ਵਾਲਾ ਸੀਗਾ ਤੇ ਉਸ ਤੋਂ ਬਾਅਦ ਗਾਣਾ ਦੇਖੋ ਅਸੀਂ ਰਿਲੀਜ਼ ਕੀਤਾ ਮੈਨੂੰ ਦੋ ਤਿੰਨ ਹਜੇ ਪੋਸਟਰ ਹੀ ਬਣਿਆ ਦੋ ਤਿੰਨ ਕੌਲਾਂ ਆ ਗਏ ਪਤਨ ਕਿੱਥੋਂ ਲੀਕ ਹੋ ਗਏ ਆ ਕੌਲਾਂ ਆਈਆਂ ਮੈਂ ਲਾਈਵ ਹੋ ਕੇ ਮੈਂ ਕਹਿੰਦੀ ਮੈਂ ਕੋਈ ਅੱਧਾ ਦਾ ਕੰਮ ਨਹੀਂ ਜਾਂਦੀ ਠੀਕ ਹੈ ਨਾ ਕਿਉਂਕਿ ਅਸੀਂ ਨਹੀਂ ਚਾਹਦੇ ਅਸੀਂ ਇਸ ਕੰਮ 'ਚ ਹੀ ਨਹੀਂ ਪੈਣਾ ਜੀ 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 ਅਸੀਂ ਉਹ ਵਿਵਾਦਤ ਮੁੱਦੇ ਹਾਂਜੀ ਕਿਉਂਕਿ ਉਹ ਚੀਜ਼ ਨਾ ਕਾਮਨ ਹੋ ਜਾਂਦੀ ਹੈ ਵੀ ਤੁਸੀਂ ਵੀ ਉਸੇ ਰਸਤੇ ਕੰਮ ਉਹ ਕਰੋ ਤੁਸੀਂ ਆਪਣਾ ਰਸਤਾ ਆਪ ਬਣਾ ਲ ਮੈਨੂੰ ਕੋਈ ਫੋਲੋ ਕਰੇ ਮੈਂ ਨਹੀਂ ਤੁਹਾਨੂੰ ਮਤਲਬ ਲੱਗਿਆ ਕਿ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੀ ਵੀ ਤੁਹਾਨੂੰ ਡਿਲੀਟ ਕਰਨਾ ਜੀ ਹਾਂ ਜੀ ਹਾਂ ਜੀ ਮੈਨੂੰ ਲੱਗਿਆ ਸੀਗਾ ਬੋਲ ਤਾਂ ਨਹੀਂ ਸੀਗੇ ਪਰ ਸਾਹਮਣੇ ਵਾਲੇ ਨੂੰ ਪਿੰਚ ਹੁੰਦੀਆਂ ਸੀ ਕਿਉਂਕਿ ਦੇਖੋ ਇੱਕ ਚੀਜ਼ ਐ ਵਾ ਜੀ ਮੈਂ ਆਪਣੇ ਮੂਹ ਆਪਣੀ ਤਾਰੀਫ ਕਰੀਆ ਮਾ ਔਗਣ ਕਹਿੰਦੇ ਗੁਣਾਂ ਦੇ ਨਾਲ ਔਗਣ ਵੀ ਹੁੰਦੇ ਆ ਇੱਕ ਵਕਤ ਮੇਰੇ ਖਿਆਲ ਚ ਕਿਉਂਕਿ ਸਾਡੇ ਮਮਾ ਕਹਿੰਦੇ ਆ ਹਰ ਬੰਦਾ ਇਹ ਬਹੁਤ ਕੁਝ ਕਰਦਾ ਆ ਦਿਨ ਚ ਪਤਾ ਨਹੀਂ ਕਿੰਨੀ ਵਾਰ ਸੱਚ ਝੂਠ ਬੋਲਦਾ ਪਰ ਇੱਕ ਵਕਤ ਇਦਾਂ ਦਾ ਨਾ ਜਿਹੜਾ ਬੰਦਾ ਆਪਣੇ ਆਪ ਚ ਝਾਕਦਾ ਆ ਹੈਨਾ ਤੇ ਉਹ ਗਾਣਾ ਇਦਾਂ ਦਾ ਸੀਗਾ ਜਿਹੜਾ ਸੁਣਦਾ ਕਿਉਂਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤੋਂ ਹੋਈ ਹੁੰਦੀ ਆ ਗੱਲਬਾਤ ਉਹਦਾ ਹੈਨਾ ਜੋ ਕਿ ਅੱਜ ਕੱਲ ਚੱਲਦਾ ਲਾਕਡਾਊਨ ਦਾ ਜੋ ਚੱਲ ਰਿਹਾ ਸੀਗਾ ਚਲੋ ਜਿਨ੍ਹਾਂ ਨੇ ਕਿੰਨਾ ਜਿਨ੍ਹਾਂ ਨੇ ਸੇਵਾ ਕੀਤੀ ਸੱਚੇ ਦਿਲੋਂ ਕੀਤੀ ਐਨ ਜੀਓ ਵਗੈਰਾ ਕਾਫੀ ਵਧੀਆ ਹਾਂਜੀ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਬਟ ਉਹ ਗਾਣਾ ਬੜਾ ਜਾ ਰਹੀ ਸੀ ਟੇਡੇ ਪਾਸੇ ਮੈਂ ਕਿਹਾ ਜੀ ਡਿਲੀਟ ਕਰੋ ਮੈਂ ਸਿੰਪਲ ਸਟੂਡੀਓ ਦੀ ਮੋਬਾਈਲ ਤੇ ਮੈਂ ਆਪਣਾ ਬਣਾ ਕੇ ਪੇਜਤਾ ਉਹਨਾਂ ਨੂੰ ਚਲੋ ਜੀ ਉਹ ਰਿਲੀਜ਼ ਹਫਤੇ ਬਾਅਦ ਫਿਰ ਤੁਹਾਨੂੰ ਪਤਾ ਫੇਰਾਂ ਜਿਹੜਾ ਕੰਮ ਹੋਇਆ ਜੀ ਫਿਰ ਡਿਲੀਟ ਕਰਨਾ ਪੈ ਗਿਆ ਡਿਲੀਟ ਕਰਤਾ ਪਰ ਮੈਂ ਉਹ ਗਾਣਾ ਤਾਂ ਆ ਗਿਆ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੇ ਕਮੈਂਟਸ ਆਏ ਤੁਹਾਨੂੰ ਕਿਸ ਤਰ੍ਹਾਂ ਦਾ ਮਤਲਬ ਰਿਸਪੌਂਸ ਰਿਹਾ ਉਹਦਾ ਕਮੈਂਟਸ ਤਾਂ ਤੁਸੀਂ ਇਹ ਦੇਖੋ ਕਹਿੰਦੇ ਸੀ ਆਲੀਆ ਜੀ ਆਨ ਦੋ ਤੁਸੀਂ ਵੀਡੀਓ ਪਾਓ ਤੁਸੀਂ ਹਨਾ ਕਿਉਂਕਿ ਜਿਹੜੇ ਮੇਰੇ ਵਿਊਜ਼ ਨੇ ਨਾ ਭਾਜੀ ਮੇਰੇ ਜੈਨੂਇਨ ਨੇ ਜੀ ਚਾਹੇ ਘੱਟ ਨਹੀਂ ਬਿਲਕੁਲ ਦੇਖੋ ਜੈਨੂਇਨ ਹੀ ਚਾਹੀਦੇ ਨੇ ਹਾਂਜੀ ਮੈਂ ਰਾਤੋਂ ਰਾਤ ਮਿਲੀਅਨ ਦੇ ਵਿੱਚ ਨਹੀਂ ਜਾਣਾ ਠੀਕ ਹੈ ਦੇਖੋ ਮੈਂ ਉਹਦੇ ਵਿੱਚ ਮਜ਼ਾ ਨਹੀਂ ਆਏ ਜੇ ਪੈਸਾ ਖਰਚ ਕੇ ਮੈਂ ਅੱਜ ਤੱਕ ਨਾ ਮੈਂ ਪੈਸਾ ਖਰਚਿਆ ਹਾਂ ਮੈਂ ਆਪਣੇ ਡਰੈਸ ਪਰ ਜ਼ਰੂਰ ਖਰਚੀ ਦੇਖੋ ਉਹ आलिया ਜੀ ਇਹ ਹੈ ਤੁਸੀਂ ਕਿਤੇ ਨਾ ਕਿਤੇ ਆਪਣੇ ਮਨ ਤੋਂ ਜਾਂ ਆਪਣੇ ਤੋਂ ਨਹੀਂ ਪੱਟ ਸਕਦੇ ਬਿਲਕੁਲ ਤੇ ਮਨ ਨੂੰ ਸੰਤੁਸ਼ਟੀ ਉਦੋਂ ਹੀ ਆ ਜਦੋਂ ਤੁਸੀਂ ਜੈਨੂਇਨ ਚੀਜ਼ ਰਹੋਗੇ ਬਿਲਕੁਲ ਜੀ ਬਿਲਕੁਲ ਜੀ ਖਰੀਦੇ ਹੋਏ ਖਰੀਦੇ ਹੋਏ ਵੀਊ ਤੁਹਾਨੂੰ ਖੁਸ਼ ਨਹੀਂ ਦੇ ਸਕਦੇ ਜੀ ਹੁਣ ਚੱਲ ਪਿਆ ਹੈ ਜਿਹੜੇ ਜੈਨੂਇਨ ਚਲੋ ਸਾਡੇ ਡਿਊਟ ਦੇ ਉੱਪਰ ਵੀ ਜੈਨੂਇਨ ਵੀਊ ਹੈ ਨਾ ਘਟ ਨਹੀਂ ਪਰ ਇੱਕ ਸਾਡੀ ਪਛਾਣ ਵੀ ਨਹੀਂ ਹੋਈ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਪ੍ਰਿੰਸੀਪਲ ਪ੍ਰਿੰਸੀਪਲ ਹੀ ਹੁੰਦਾ ਹੈ ਹਾਂ ਤੇ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਸਟੂਡੈਂਟ ਹੀ ਰਹਿਣਾ ਤੇ ਇਹ ਸੋਚ ਲੈ ਕੇ ਆਪਾਂ ਚੱਲੇ ਹੋਇਆ ਵਿਊ ਮੇਰੇ ਰਾਤੋ-ਰਾਤ ਵੀ ਵੱਸ ਸਕਦੇ ਸੀਗੇ ਕੰਪਨੀ ਮੈਂ ਵਧੀਆ ਮੈਂ ਨਵੀਂ ਕੰਪਨੀ ਦੇ ਨਾਲ ਤੁਰੇ ਜਿੰਨੇ ਵੀ ਹੋਏ ਵਿਊ ਮੇਰੇ ਜੈਨੂਇਨ ਹੋਏ ਕਮੈਂਟਾਂ ਦੇ ਵਿੱਚ ਬਹੁਤ ਵਧੀਆ ਲਾਈਨਾਂ ਲਿਖਿਆ ਮਿਊਜ਼ਿਕ ਕੀਤਾ ਟੋਚੀ ਭਾਜੀ ਨੇ ਪਟਿਆਲਾ ਤੋਂ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਨੇ ਮੇਰੇ ਭਰਾ ਨੇ ਚਮਕੌਰ ਕਦਗਿਲ ਜੀ ਮੇਰੇ ਭਰਾ ਤੇ ਬਹੁਤ ਹੀ ਅੱਛੇ ਸਾਰਾ ਐਕਸਪੀਰੀਅੰਸ ਵਧੀਆ ਰਿਹਾ ਤੇ ਉਹਦੇ ਕਮੈਂਟਾਂ ਦੇ ਵਿੱਚ ਤਾਂ ਇਹ ਆ ਰਿਹਾ ਸੀ ਆਲੀਆਂ ਤੁਸੀਂ ਵੀਡੀਓ ਪਾਓ ਕਿਉਂਕਿ ਅਗਰ ਮੈਂ ਉਹ ਵੀਡੀਓ ਪਾ ਦੰਦੀ ਜਿੱਦਾਂ ਦੀਆਂ ਗੱਲਾਂ ਹੋਈਆਂ ਤੁਸੀਂ ਦੇਖਿਆ ਹੀ ਹੋਣਾ ਗਾਣਾ ਮੇਰਾ ਕੁਛ ਇਦਾਂ ਦਾ ਹੀ ਸੀ ਜਿਹੜੇ ਐਨਜੀਓ ਵਾਲਿਆਂ ਤੇ ਗੱਲਾਂ ਵਾਟਾਂ ਹੋਈਆਂ ਜੀ 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 ਹਾਂਜੀ ਗਾਣੇ ਦੇ ਬੋਲ ਵੀ ਇਦਾਂ ਸੀ ਤੂੰ ਕੀਨੋਂ ਕੰਮੇ ਲਾਇਆ ਕੀਦਾ ਕਾਰ ਬਣਾਇਆ ਕੀਣੂ ਲੰਗਰ ਛਕਾਇਆ ਕੌਣ ਸੀ ਗਵਾ ਤੇਰਾ ਕੀਨੇ ਕੀਨੇ ਖਾਦੀ ਤੇਰੀ ਖੀਰ ਨਹੀਂ ਵੇਖੀ ਤੂੰ ਮੈਨੂੰ ਸੱਚਾ ਸਮਝ ਸੇਵਕ ਨਹੀਂ ਲੱਗਦਾ ਫੇਸਬੁੱਕ ਉੱਤੇ ਤਸਵੀਰ ਨਹੀਂ ਵੇਖੀ ਤੇਰੀ ਫੇਸਬੁੱਕ ਉੱਤੇ ਤਸਵੀਰ ਨਹੀਂ ਵੇਖੀ ਤੇਰੀ ਕਿਸੇ ਐਪ ਤੇ ਵੀ ਤਸਵੀਰ ਨਹੀਂ ਵੇਖੀ ਇੱਕ ਇਹਦੇ ਵਿੱਚ ਬੜਾ ਵਧੀਆ ਜਿਹੜਾ ਮੇਰੇ ਦਿਲ ਦੇ ਕਰੀਬ ਆ ਜੀ ਉਹ ਮੈਂ ਤੁਹਾਨੂੰ ਸੁਣਾਨੀ ਆ ਜੀ ਇੱਕ ਮਹਿੰਗੀ ਗੱਡੀ ਘੁੱਟ ਦਿਰਾਡੋ ਕਰ ਵੀ ਸੋਨਾ ਪਾਇਆ ਮਹਿੰਗੀ ਗੱਡੀ ਘੁੱਟ ਦਿਰਾਡੋ ਕਰ ਵੀ ਸੋਨਾ ਪਾਇਆ ਐਨ ਆਰ ਆਈ ਵੀਰਾਂ ਨੇ ਜਿਹੜਾ ਕੱਲਿਆਂ ਪੈਸਾ ਕੱਲਿਆਂ ਪੈਸਾ ਦੱਸ ਤੂੰ ਕਿੱਥੇ ਲਾਇਆ ਦੱਸ ਤੂੰ ਕਿੱਥੇ ਲਾਇਆ ਮਿਲਿਆਣ ਵਿਉ ਕਮਲਿਆ ਤੇਰਾ ਵੀ ਸੀ ਹੋ ਜਾਣਾ ਮਿਲਿਆਣ ਵਿਉ ਕਮਲਿਆ ਤੇਰਾ ਵੀ ਸੀ ਹੋ ਜਾਣਾ ਉਸ ਮੂਮੈਂਟ ਦੀ ਤਸਵੀਰ ਨੀ ਵੇਖੀ ਤੂੰ ਮੈਨੂੰ ਸੱਚਾ ਸਮਾਜ ਸੇਵਕ ਨੀ ਲੱਗਦਾ ਫੇਸਬੁੱਕ ਉੱਤੇ ਤਸਵੀਰ ਨੀ ਵੇਖੀ ਤੇਰੀ ਕਿਸ ਐਪ ਤੇ ਵੀ ਤਸਵੀਰ ਨਹੀਂ ਵੇਖੀ ਤੇਰੀ ਕਿਸ ਐਪ ਤੇ ਵੀ ਤਸਵੀਰ ਨਹੀਂ ਵੇਖੀ ਮੇਰੇ ਵੱਡੇ ਵੀਰ ਚਮਕੌਰ ਕਦਗਿਲ ਜੀ ਦੀ ਕਲਮ ਬਹੁਤ ਹੀ ਵਧੀਆ ਜੀ ਬਹੁਤ ਸੱਚ ਲਿਖਦੇ ਆ ਜੀ ਤੇ ਮੇਰਾ ਵੀਰ ਰੱਬ ਉਹਨਾਂ ਨੂੰ ਤਰਕੀਆਂ ਦੇਵੇ ਟੋਚੀ ਭਾਜੀ ਪਟਿਆਲੇ ਤੋਂ 뮤직 ਡਾਇਰੈਕਟਰ ਨੇ ਟੋਚੀ ਭਾਜੀ ਜੀ ਉਹਨਾਂ ਨੇ 뮤직 ਕਿੰਨਾ ਬਸ ਇੱਕ ਹਾਜ਼ਰੀ ਲਗਾਈ ਸੀਗੀ ਵੀ ਮੈਨੂੰ ਮੈਨੂੰ ਇਹ ਸੀਗਾ ਕਿੰਨਾ ਸਮਾਂ ਪਹਿਲਾਂ ਤੁਸੀਂ ਮੈਨੂੰ ਡਿਲੀਟ ਕੀਤਾ ਹੈ ਏ ਜੀ ਲਾਸਟ ਮੰਥ ਹੀ ਬਸ ਆਪਾਂ ਜਿਹੜਾ ਵਿਵਾਦ ਅੱਜ ਸੋਸ਼ਲ ਮੀਡੀਆ ਦੇ ਛਾਇਆ ਹੋਇਆਗਾ ਉਸ ਤੋਂ ਪਹਿਲਾਂ ਜੇ ਮਤਲਬ ਹਾਂਜੀ ਉਸ ਤੋਂ ਵੀਕ ਪਹਿਲਾਂ ਜੇ ਮੈਂ ਉਹ ਵੀਡੀਓ ਕਰ ਦਿੰਦੀ ਤੇ ਜ਼ਿਆਦਾ ਵਿਵਾਦਾਜ ਆ ਜਾਣਾ ਸੀਗਾ ਹਾਂਜੀ ਤੇ ਆਪਾਂ ਨਹੀਂ ਜਾਣਦੇ ਸੀ ਕਿ ਜ਼ਿਆਦਾ ਵਿਵਾਦ ਹੋਊਗਾ ਤੁਹਾਡੇ ਔਰ ਤੁਸੀਂ ਡਿਲੀਟ ਕਰਤਾ ਉਸ ਤੋਂ ਬਾਅਦ ਇਹ ਵਿਵਾਦਤ ਮੁੱਦਾ ਬਾਅਦ ਚ ਛਾਇਆ ਜੋ ਵੀ ਹੈ ਜੀ ਦੇਖੋ ਜੀ ਤੁਸੀਂ ਅਗਰ ਕਹਿ ਸਕਦੇ ਹੋ ਐਸੇ ਤਾਂ ਮੈਨੂੰ ਕਾਲਸ ਵੀ ਆਈਆਂ ਕਿ ਤੁਸੀਂ ਕਰੋ ਵਾਲੀਆ ਜੀ ਤੁਸੀਂ ਵੀਡੀਓ ਕਰੋ ਮੈਂ ਇੱਕ ਜੋ ਆਪਾਂ ਲਾਈਵ ਹੋ ਕੇ ਕਹਿਤਾ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਮੁੱਕਰ ਸਕਦੀ ਕਿਉਂਕਿ ਮੇਰੇ ਲਈ ਉਹ ਵੀ ਮੇਰੇ ਭਰਾ ਨੇ ਠੀਕ ਹੈ ਜੀ ਜਿਨ੍ਹਾਂ ਨੇ ਲਿਖਿਆ ਮੇਰੇ ਉਹ ਵੀ ਭਰਾ ਨੇ ਇੱਕ ਸੱਚ ਹੈ ਜਿਹੜਾ ਮੈਂ ਸੱਚ ਪਹੁੰਚਾਣ ਦੀ ਦੇਖੋ ਸਾਡਾ ਕੰਮ ਸਿਰਫ ਗਾਣਾ ਜੀ ਸਿੰਗਰ ਦਾ ਕੰਮ ਗਾਣਾ ਨਾ ਕਿ ਵਿਵਾਦਾਂ ਦੇ ਵਿੱਚ ਛਾਣਾ ਇਹ ਦੇਖੋ आलिया ਜੀ ਜੋ ਸਮਾਂ ਜੀ ਚੱਲ ਰਿਹਾ ਇਹਦੇ ਵਿੱਚ ਤਾਂ ਜੋ ਵੀ ਵਿਵਾਦਿਤ ਮੁੱਦਿਆਂ ਦੇ ਵਿੱਚ ਆਂਦਾ ਮਤਲਬ ਅੱਜ ਦਾ ਲੋਕਾਂ ਦਾ ਟ੍ਰੈਂਡ ਬਣਿਆ ਹੋਇਆ ਹੈ ਕਲਾਕਾਰਾਂ ਦਾ ਵੀ ਤੇ ਪੋਲਿਟਿਕਸ ਵਾਲਿਆਂ ਦਾ ਵੀ ਸਾਰਿਆਂ ਦਾ ਪੋਲੀਟੀਕਲ ਲੋਕਾਂ ਦਾ ਵੀ ਵੀ ਜੋ ਵਿਵਾਦਾਂ ਦੇ ਵਿੱਚ ਆ ਗਿਆ ਉਹ ਸ਼ਾਇਆ ਜਾਂਦਾ ਅੱਜਕੱਲ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡੇ ਦੇ ਦੇਖੋ ਜੀ ਜਿਹੜੀ 뮤ਜ਼ਿਕ ਲਾਈਨ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਵਿਵਾਦਾਂ ਚ ਆਣ ਦੀ ਲੋੜ ਆ ਕਿਉਂਕਿ 뮤ਜ਼ਿਕ ਕਹਿੰਦੇ ਹੁੰਦੇ ਆ ਵੀ ਇੱਕ ਬਿਮਾਰ ਲਈ ਕਿੰਦਾ ਦੀ ਮੈਡੀਸਿਨ ਆ ਇਹ ਹਾਂਜੀ ਜੇ ਕੋਈ ਹਾਰਟ ਪੇਸ਼ੈਂਟ ਵੀ ਆ ਤੁਸੀਂ ਦੇਖਿਓ ਕਦੇ ਕਿਉਂਕਿ ਜਦੋਂ ਮੈਨੂੰ ਬੁਖਾਰ ਆ ਰਿਹਾ ਮੈਂ ਥੋੜੀ-ਬਹੁਤੀ ਬਿਮਾਰ ਹੁੰਨੀ ਆ ਮੈਂ ਖੁਰਾਕ ਹੀ ਕੱਦੀ ਹੀ ਲੈਨੀ ਆ ਜੀ ਮੈਨੂੰ 뮤ਜ਼ਿਕ ਮੇਰਾ ਸਭ ਕੁਝ ਆ ਮਿਊਜ਼ਿਕ ਇੱਕ ਇੱਕ ਇਬਾਦਤ ਦੱਸੀ ਆ ਮੈਂ ਤੁਹਾਨੂੰ ਹਨਾ ਮਿਊਜ਼ਿਕ ਕੁਝ ਹੋਰ ਆ ਇਹ ਹੋਰ ਪਾਸੇ ਨੂੰ ਲਈ ਜਾਂਦੇ ਆ ਤੇ ਜਿਹੜੇ ਵਿਵਾਦ ਹੁੰਦੇ ਆ ਕਹਿੰਦੇ ਆਪਣੀ ਮੈਂ ਮਾਰ ਕੇ ਹਨਾ ਕਹਿੰਦੇ ਨੇ ਹੁੰਦੇ ਦੇਖੋ ਗੜਸ ਰੱਖਣੀ ਚਾਹੀਦੀ ਆ ਇੱਜ਼ਤ ਕਰੋ ਤੇ ਇੱਜ਼ਤ ਕਰਵਾਓ ਬਾਦ ਦੇ ਵਿੱਚ ਫੇਰ ਉਹੀ ਅੱਖਾਂ ਦੇ ਨਾਲ ਆਪਾਂ ਹਨਾ ਫਿਰ ਤੁਸੀਂ ਦੇਖਦੇ ਹੋ ਅਕਸਰ ਹੈ ਨਾ ਜਿਹੜੇ ਵੀ ਕਲਾਕਾਰ ਕੌਂਟਰੋਵਰਸੀ ਕਰਦੇ ਆ ਬਾਅਦ ਚ ਉਹ ਫੇਰ ਹਾਏ ਹੈਲੋ ਚ ਆ ਜਾਂਦੇ ਹਨਾ ਜਾਂ ਤਾਂ ਗੱਲ ਆਰ ਕਰ ਦੋ ਜਾਂ ਪਾਰ ਕਰ ਦੋ ਇਹਨਾਂ ਇਹਨਾਂ ਗੱਲਾਂ ਨਾਲ ਹਟੋ ਠੀਕ ਹੈ ਤੁਸੀਂ ਨਾਮਵਰ ਹੋ ਤੁਹਾਨੂੰ ਲੋੜ ਨਹੀਂ ਹੈ ਤੁਹਾਡੇ ਬੋਲ ਹਿੱਟ ਨੇ ਤੁਹਾਡਾ ਗਾਣਾ ਹਿੱਟਾ ਕੌਂਟਰੋਵਰਸੀ ਦੀ ਲੋੜ ਵੀ ਕੀ ਹੈ ਜੀ ਜਿਹੜਾ ਕੌਂਟਰੋਵਰਸੀ ਕਰਦੇ ਆ ਲੋਕਾਂ ਦੇ ਵਿੱਚ ਆਪਣੇ ਮਾੜੇ ਥਿਊਜ਼ ਜਾਂਦੇ ਆ ਹਨਾ ਵੀ ਇਹਦਾ ਬੰਦੇ ਦਾ ਵਿਹਾਰ ਕਿਦਾਂ ਦਾ ਹੈ ਤੁਹਾਡੇ ਕਹਿੰਦਾ ਤੁਹਾਡੇ ਕਹਿੰਦਾ ਮਤਲਬ ਮੇਨ ਮਕਸਦ ਇਹ ਆ ਵੀ ਕਲਾਕਾਰ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਬਿਲਕੁਲ ਜੀ ਕਲਾਕਾਰਾਂ ਨੂੰ ਕਲਾਕਾਰੀ ਜਿਹੜੀ ਆ ਉਹ ਰਾਜਨੀਤੀ ਤੋਂ ਵੀ ਦੂਰ ਰਵੇ ਕਿਉਂਕਿ ਸਾਨੂੰ ਅਸੀਂ ਨਹੀਂ ਪਾਰਟੀਵਾਦੀ ਦੇ ਵਿੱਚ ਆਣਾ ਨਹੀਂ ਚਾਹੀਦਾ ਸਾਨੂੰ ਸਾਰੇ ਇੱਕ ਬਰਾਬਰ ਆ ਹਨਾ ਤੇ ਕੌਂਟਰਵਰਸੀ ਤੋਂ ਵੀ ਦੂਰ ਰਹਿਣਾ ਚਾਹੀਦਾ ਕੌਂਟਰਵਰਸੀ ਚ ਕੁਝ ਨਹੀਂ ਪਿਆ ਤੁਹਾਡੀ ਹੀ ਇਮੇਜ ਖਰਾਬ ਹੁੰਦੀ ਆ ਜੇ ਕੋਈ ਰਾਈਟ ਬੋਲਦਾ ਉਹਦਾ ਮਤਲਬ ਇਹ ਨਹੀਂ ਵੀ ਮੈਂ ਰਾਈਟ ਆ ਮੈਂ ਤਾਂ ਬੋਲਦਾ ਆ ਇਹ ਮੇਜ ਉਹਦੀ ਵੀ ਖਰਾਬ ਹੋ ਰਹੀ ਹੈ ਕਿਉਂਕਿ ਮਾੜੇ ਬੰਦੇ ਨਾਲ ਤੁਸੀਂ ਵਾਰਤਾਲਾਪ ਕਰੋਗੇ ਜੀ ਜੀ ਗੱਲਬਾਤ ਕਰੋਗੇ ਤੁਹਾਡੀ ਕੌਂਟਰੋਵਰਸੀ ਚੱਲ ਰਹੀ ਆ ਤੁਹਾਡੀ ਇਮੇਜ ਹੀ ਖਰਾਬ ਹੋ ਰਹੀ ਹੈ ਹੁਣੇ ਹੁਣੇ ਤੁਸੀਂ ਜ਼ਿਕਰ ਕੀਤਾ ਕਿ ਕਲਾਕਾਰਾਂ ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਮੇਰੇ ਜ਼ਿਹਨ ਦੇ ਵਿੱਚ ਆਇਆ ਕਿ ਪਿੱਛੇ ਜੇ ਲੋਕਡਾਊਨ ਸ਼ੁਰੂਆਤ ਦੇ ਵੇਲੇ ਇੱਕ ਸੰਸਥਾ ਬਣੀ ਇੰਟਰਨੈਸ਼ਨਲ ਲੋਕ ਗਾਇਕ ਕੁਛ ਇਸ ਤਰ੍ਹਾਂ ਕਰਕੇ ਸੀਗੀ ਉਹਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਮਤਲਬ ਉਹਨਾਂ ਨੇ ਸੰਸਥਾਵਾਂ ਖੜੀਆਂ ਕੀਤੀਆਂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਡਾ ਰੋਲ ਹੈ ਜੀ ਨਹੀਂ ਮੈਨੂੰ ਕਾਲ ਤਾਂ ਆਈ ਸੀਗੇ ਕਾਲ ਆਈ ਸੀਗੇ ਪਰ ਜਿਹੜੀ ਮੇਰੀ ਸੋਚ ਹੈ ਨਾ ਮਾ ਜੀ ਆਪਾਂ ਰਿਸਪੈਕਟ ਕਰਦੇ ਹਾਂ ਜਿਹੜੇ ਮੇਰੇ ਸੀਨੀਅਰ ਸਿੰਗਰ ਨੇ ਜੋ ਵੀ ਇਸ ਸੰਸਥਾ ਦੇ ਨਾਲ ਜੁੜੇ ਆ ਜੀ ਜਿੱਥੇ ਉਹ ਮੈਨੂੰ ਹੁਕਮ ਕਰਨਗੇ ਮੈਂ ਉੱਥੇ ਖੜਾਂਗੀ ਜੀ ਜਦੋਂ ਉਹਨਾਂ ਦਾ ਮੈਨੂੰ ਪਰਸਨਲੀ ਫੋਨ ਕਰਨਗੇ ਮੈਨੂੰ ਦਿਖਾਵਾ ਕਰਨ ਦੀ ਲੋੜ ਨਹੀਂ ਜਿੰਨੇ ਯੋਗੀ ਮੈਂ ਸੀਗੀ ਜੀ ਠੀਕ ਹੈ ਜੀ ਮੈਂ ਕੀਤਾ ਮੇਰੇ ਰੱਬ ਨੂੰ ਪਤਾ ਮੈਂ ਕੌਣ ਆ ਉਹਨਾਂ ਦੀ ਕਿਸਮਤ ਦਾ ਸੀਗਾ ਹਰ ਬੰਦੇ ਨੇ ਆਪਣਾ ਦਾਣਾ ਪਾਣੀ ਲੈ ਲੈਣਾ ਠੀਕ ਹੈ ਜੀ ਜ਼ਰੀਆ ਹੁੰਦਾ ਆ ਠੀਕ ਹੈ ਜੀ ਕੰਮਕਾਰ ਸਭ ਦੀ ਠੱਪ ਹੋਇਆ ਆ ਆਪਾਂ ਅਗਰ ਆਪਣੇ ਭੈਣ ਭਾਈਆਂ ਦਾ ਕਿਸੇ ਦਾ ਸਾਥ ਹੀ ਨਹੀਂ ਦੇ ਸਕਦੇ ਇਹ ਵਕਤ ਸਭ ਲਈ ਆ ਤੇ ਜਿਹੜੀਆਂ ਸੰਸਥਾਵਾਂ ਨੇ ਤੁਹਾਨੂੰ ਪਤਾ ਹੀ ਹੈ ਸੰਸਥਾਵਾਂ ਦਾ ਹਨਾ ਤੂੰ ਕਰ ਤੂੰ ਕਰ ਤੂੰ ਕਰ ਵਾਲਾ ਕੰਮ ਨਹੀਂ ਅਸੀਂ ਕਰ ਰਹੇ ਆ ਅਸੀਂ ਆਹ ਕੀਤਾ ਤੁਸੀਂ ਆਹ ਕਰੋ ਕਹਿਣਾ ਪੈਂਦਾ ਹੈ ਫਿਰ ਸੰਸਥਾ ਬਣਦੀ ਆ ਬਹੁਤ ਕਲਾਕਾਰ ਆਏ ਮੈਂ ਦੇਖਿਆ ਕਈ ਲਾਈਵ ਹੋ ਕੇ ਸਭ ਨੇ ਕੀਤਾ ਨਵੇਂ ਕਲਾਕਾਰਾਂ ਨੇ ਵੀ ਕੀਤਾ ਨਵੇਂ ਕਲਾਕਾਰਾਂ ਨੇ ਵੀ ਕੀਤਾ ਦੇਖੋ ਜੀ ਇਹ ਰੱਬ ਦੇਖਦਾ ਪਰ ਸੰਸਥਾ ਉਦੋਂ ਕਾਮਯਾਬ ਹੈ ਜੀ ਪਹਿਲਾਂ ਆਪਣੇ ਗਵਾਂਡੀਆਂ ਨੂੰ ਦੇਖੋ ਆਪਣੇ ਮਜਿਸਟੀਆਂ ਨੂੰ ਦੇਖੋ ਕਈ ਐਦਾਂ ਦੇ ਵੀ ਕਲਾਕਾਰ ਜੇ ਤੁਸੀਂ ਆਪਣੇ ਮਜਿਸਟੀਆਂ ਨੂੰ ਦੇਖ ਸਕਦੇ ਫਿਰ ਆਪਾਂ ਮਤਲਬ ਬਿਲਕੁਲ ਜੀ ਮੇਰੇ ਕੋਲ ਇੱਕ ਕਾਲ ਆਈ ਸੀ ਜੋ ਮੈਂ ਥੋੜਾ ਬਹੁਤਾ ਕੀਤਾ ਜੋ ਮੇਰੇ ਰੱਬ ਨੇ ਮੇਰੀ ਡਿਊਟੀ ਲਈ ਸੀ ਜੋ ਕੀਤਾ ਮੇਰੇ ਕੋਲ ਜਦੋਂ ਕਾਲ ਆਈ ਮੈਨੂੰ ਕਹਿੰਦੇ ਮੈਡਮ ਜੀ ਆਪਣਾ ਅਕਾਊਂਟ ਨੰਬਰ ਭੇਜੋ ਅਸੀਂ ਤੁਹਾਡੀ ਹੈਲਪ ਕਰਨੀ ਚਾਹੁੰਦੇ ਆਂ ਸੰਗਰੂਰ ਤੋਂ ਸੀਗੇ ਉਹ ਭਾਈ ਸਾਹਿਬ ਬਾਰੋਂ ਵੀ ਕਾਲ ਆਈਆਂ ਤੇ ਮੇਰੇ ਕੋਲ WhatsApp ਤੇ ਚੈਟ ਹੈਗੀ ਆ ਕਹਾਂ ਤੇ ਮੈਂ ਤੁਹਾਨੂੰ ਦਿਖਾ ਸਕਦੀ ਆ ਮੈਨੂੰ ਅਕਾਊਂਟ ਨੰਬਰ ਭੇਜੋ ਅਸੀਂ ਤੁਹਾਡੇ ਤੁਸੀਂ ਸਾਡਾ ਵੀ ਇਹਦੇ ਵਿੱਚ ਕਰੋ ਹਨਾ ਅਸੀਂ ਵੀ ਕਰਨਾ ਚਾਹੁੰਦੇ ਆਂ ਤੇ ਮੈਂ ਲਾਈਵ ਲਾਈਵ ਨਹੀਂ ਹੋਈ ਸੌਰੀ ਮੈਂ ਵੀਡੀਓ ਬਣਾ ਕੇ ਪਾਈ ਕਿ ਫੇਸਬੁੱਕ ਤੇ ਵੀ ਪਲੀਜ਼ ਜਿਹੜਾ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਇਹ ਗੱਲ ਦੱਸਣ ਦਾ ਰੀਜ਼ਨ ਇਹੀ ਹੈ ਭਾਜੀ ਤੁਹਾਡੇ ਸਵਾਲ ਦਾ ਜਵਾਬ ਹੈ ਵੀ ਜਿਹੜਾ ਤੁਸੀਂ ਮੈਨੂੰ ਆਲ ਵਰਡ ਪ੍ਰੋਬਲਮ ਚੱਲ ਰਹੀ ਆ ਮੈਂ ਕੀ ਕੀਤਾ ਮੇਰੇ ਮਦਰ ਮੇਰੇ ਮਦਰ ਮੈਂ ਤੁਹਾਨੂੰ ਦੱਸੇ ਮੇਰੇ ਰੱਬ ਨੇ ਜੀ ਜਿੱਦਾਂ ਮੈਨੂੰ ਕਹਿ ਦਿੰਦੇ ਆ ਅਗਰ ਉਹ ਮੈਨੂੰ ਕਹਿ ਦਿੰਨਾ ਵੀ ਬੇਟਾ ਅੱਗ ਚ ਤੈਨੇ ਛਾਲ ਮਾਰਨੀ ਆ ਮੈਂ ਆਪਣੀ ਮੰਮਾ ਲਈ ਉਹ ਵੀ ਕਰ ਦੋ ਉਹ ਵੀ ਕਰ ਲਓ ਠੀਕ ਹੈ ਉਹਨਾਂ ਨੇ ਕਿਹਾ ਆਪਾਂ ਕੀਤਾ ਰੱਬ ਕਰਾਣ ਵਾਲਾ ਠੀਕ ਹੈ ਜੀ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਂ ਕਿਹਾ ਭਾਜੀ ਮੈਂ ਜਿਹੜਾ ਕੀਤਾ ਆ ਮੈਂ ਕਿਸੇ ਦਾ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਆਲਾ ਦਵਾਲਾ ਦੇਖਿਆ ਆਪਣੇ ਰਿਸ਼ਤੇਦਾਰ ਦੇਖੇ ਮੇਰੀ ਭੈਣ ਇੱਕ ਉਹਨਾਂ ਦੇ ਹਸਬੰਦ ਦੀ ਡੈਥ ਹੋਈ ਆ ਜੀ ਮੈਂ ਸਭ ਤੋਂ ਪਹਿਲਾਂ ਉਹਨੂੰ ਪੁੱਛਿਆ ਵੀ ਭੈਣ ਤੈਨੂੰ ਕਿਸ ਚੀਜ਼ ਦੀ ਲੋੜ ਆ ਆਪਣੇ ਘਰ ਤੋਂ ਹੀ ਸਟਾਰਟ ਹੋਏ ਠੀਕ ਫਿਰ ਆਪਣਾ ਮਹੱਲਾ ਦੇਖਿਆ ਮਹੱਲੇ ਤੋਂ ਬਾਅਦ ਅਸੀਂ ਆਪਣੇ ਸ਼ਹਿਰ-ਸ਼ਹਿਰ ਤੱਕ ਰਹੇ ਆ ਇੰਨੇ ਉਹ ਚੀਜ਼ ਨਹੀਂ ਨਾ ਕਈ ਮੈਂ ਦੇਖਿਆ ਵੀ ਤੁਹਾਡਾ ਵੱਡਾ ਨਾ ਆ ਤੁਸੀਂ ਉਦਾਂ ਹੀ ਸਾਡਾ ਪਰਿਵਾਰ ਸਾਡੇ ਮਜੀਸ਼ੀਨ ਨੇ ਠੀਕ ਹੈ ਜੀ ਸਾਡੇ ਮউজিশਿਆ ਨਾਲ ਹੀ ਕਲਾਕਾਰ ਹੁੰਦਾ ਆ ਮੈਨੂੰ ਨਹੀਂ ਕਿਸੇ ਦੀ ਕਾਲ ਆਈ ਬਟ ਅਗਰ ਮੈਨੂੰ ਕਾਲ ਆਂਦੀ ਸਭ ਕੋਲ ਮੇਰਾ ਨੰਬਰ ਆ ਤਾਂ ਮੈਂ ਜ਼ਰੂਰ ਖੜਦੀ ਕਿਉਂਕਿ ਇੱਕ ਜ਼ਬਰਦਸਤੀ ਵੀ ਨਹੀਂ ਕੀਤਾ ਜਾਂਦਾ ਹਾਂਜੀ ਕਿਉਂਕਿ ਡਰ ਲੱਗਦਾ ਜਦੋਂ ਪੱਕੇ ਕਿਸੇ ਨੂੰ ਜ਼ਬਰਦਸਤੀ ਕਹਿੰਦੇ ਅਗਲਾ ਮੂਰਿਓ ਹਨਾ ਟੁੱਟ ਕੇ ਨਾ ਪੈ ਜਾਵੀ ਤੂੰ ਵੱਡੀਆਂ ਹਨਾ ਤੂੰ ਕਰਦੀਆਂ ਜੇ ਮੈਨੂੰ ਕਾਲ ਆਂਦੀ ਮੈਂ ਉਹਨਾਂ ਲਈ ਵੀ ਖੜਦੀ ਪਰ ਮੇਰੀ ਸੋਚ ਇਹ ਹੈ ਕਿ ਸਾਡਾ ਪਰਿਵਾਰ ਆ ਮউজিশਿਆ ਜਿਹੜੇ ਵੱਡੇ ਸਾਡੇ ਸੀਨੀਅਰ ਨੇ ਜਿਨ੍ਹਾਂ ਕੋਲ ਸੰਸਥਾਵਾਂ ਨੇ ਉਹ ਪਹਿਲਾਂ ਮਜੀਸ਼ਨਾ ਦਾ ਪਹਿਲਾਂ ਆਪਣੇ ਅੰਦਰ ਤੱਕ ਹਨ ਕਈ ਕਈ ਕਲਾਕਾਰ ਐਦਾਂ ਦੇ ਜਿਨ੍ਹਾਂ ਨੇ ਆਪਣੀ ਆਪਣੀ ਮਜੀਸ਼ਨਾ ਦਾ ਨਹੀਂ ਕੀਤਾ ਹੈਗਾ ਅੱਛਾ ਜੀ ਆਪਣੇ ਮਜੀਸ਼ਨਾ ਦਾ ਕੀਤਾ ਨਹੀਂ ਲੇਕਿਨ ਹਾਂਜੀ ਪਰ ਉਹ ਨਾਮ ਵਰ ਨਹੀਂ ਮੈਂ ਹੁਣ ਕਹਿ ਨਹੀਂ ਸਕਦੀ ਮਤਲਬ ਮਤਲਬ ਉਹ ਸ਼ਹਿਰ ਦੇ ਵਿੱਚ ਬੰਦੇ ਫਿਰਦੇ ਆ ਹਾਂਜੀ ਬਿਲਕੁਲ ਜੀ ਸ਼ਹਿਰ ਚ ਬੰਦੇ ਫਿਰਦੇ ਆ ਉਹੀ ਨਹੀਂ ਕਹਿੰਦੇ ਫੋਟਾਂ ਖਿਜਾਉਂਦੇ ਫਿਰਦੇ ਆ ਹਾਂਜੀ ਬਸ ਫੋਟਾਂ ਤੱਕ ਹੀ ਤਾਂ ਹੀ ਤਾਂ ਉਹ ਗਾਣਾ ਕੀਤਾ ਸੀਗਾ ਜੀ 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 ਆਲੀਆ ਜੀ ਤੁਹਾਡੇ ਕੋਲੋਂ ਇਜਾਜ਼ਤ ਲੈਣ ਨੂੰ ਦਿਲ ਨਹੀਂ ਕਰ ਰਿਹਾ ਗੱਲਾਂបੱਤਾਂ ਦਾ سلسلہ ਦਿਲ ਕਰਦਾ ਸੀ ਇਸ ਤਰੀ ਜਾਰੀ ਰਹੇ ਲੇਕਿਨ ਜਾਂਦੇ ਜਾਂਦੇ ਸਾਡੇ ਸਰੋਤਿਆਂ ਲਈ ਕੋਈ ਸੰਦੇਸ਼ ਸੰਦੇਸ਼ ਵਸੀ ਜੀ ਸਾਰੇ ਜਿੱਦਾਂ ਕਹਿੰਦੇ ਆ ਸਾਰੇ ਕਹਿੰਦੇ ਆ ਮੈਂ ਵੀ ਕਹਿੰਨੀ ਆ ਚੰਗਾ ਸੁਣੋ ਹਾਂਜੀ ਚੰਗਾ ਸੁਣੋ ਚੰਗੇ ਗੀਤ ਨੂੰ ਪ੍ਰਮੋਟ ਕਰੋ ਪਰ ਇਹ ਬਿਲਕੁਲ ਗੱਲ ਉਲਟ ਹੋ ਗਈ ਅੱਜਕੱਲ ਦਾ ਤੁਹਾਨੂੰ ਪਤਾ ਜੋ ਦਿਖਦਾ ਉਹ ਵਿਕਦਾ ਮੈਂ ਪਹਿਲਾਂ ਵੀ ਕਹੀ ਆ ਮੈਂ ਕਿਸੇ ਸਪੈਸ਼ਲ ਗਾਣੇ ਨੂੰ ਨਹੀਂ ਕਹਿੰਦੀ ਵੀ ਮੈਂ ਮੇਰਾ ਕੰਮ ਗਾਣਾ ਜੀ ਮੈਨੂੰ ਜਿੱਦਾਂ ਦਾ ਵੀ ਗਾਣਾ ਮਿਲੂ ਮੈਂ ਗਾਉਂ ਉਹ ਮੈਂ ਬੋਲ ਦੇਖਣੇ ਆ ਕਿਉਂਕਿ ਮੇਰੀ ਫੈਮਲੀ ਨੇ ਵੀ ਸੁਣਨਾ ਆ ਹਨਾ ਪਰ ਵਕਤ ਦੇ ਨਾਲ-ਨਾਲ ਚੱਲ ਰਹੀ ਆ ਹਨਾ ਬਸ ਪਲੀਜ਼ ਉਸ ਕਲਾਕਾਰ ਨੂੰ ਜਿਹੜਾ ਕਲਾਕਾਰ ਹੈਗਾ ਜਿਹੜਾ ਲਾਈਵ ਤੁਹਾਨੂੰ ਸੁਣਾਉਂਦਾ ਉਹਨੂੰ ਪ੍ਰਮੋਟ ਕਰਿਆ ਕਰੋ ਕੌਂਟਰੋਵਰਸੀਆਂ ਦੇ ਵਿੱਚ ਨਾ ਪਿਆ ਕਰੋ ਫਲਾਨੀ ਦਾ ਫੈਂਟਮ ਕਾਨੀ ਦਾ ਫੈਨ ਇਹ ਨਾ ਗੱਲਾਂ 'ਚ ਕੁਝ ਨਹੀਂ ਪਿਆ ਹੈਗਾ ਪਲੀਜ਼ ਤੁਹਾਡੇ ਮੂਰੇ ਹੱਥ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਤੁਸੀਂ ਇੱਕ ਇੰਦਾ ਦੀ ਤਾਕਤ ਹੋ ਜੀ ਸਾਡੇ ਸਰੋਤੇ ਤਾਕਤ ਹੈ ਤੁਸੀਂ ਹੈਗੇ ਹੋ ਤਾਂ ਕਲਾਕਾਰ ਨਹੀਂ ਨਹੀਂ ਕਲਾਕਾਰ ਕੁਝ ਵੀ ਨਹੀਂ ਤੁਸੀਂ ਹੀ ਬਣਾਨੇ ਹੋ ਅੱਜਕੱਲ ਜਿਹੜੇ ਸਿੰਗਰ ਬਣੇ ਹੋਏ ਆ ਉਹ ਤੁਹਾਡੇ ਕਰਕੇ ਹੀ ਆ ਤੁਸੀਂ ਆਪਣਾ ਇੰਟਰਸਟ ਇੱਧਰ ਕਰ ਲਓ ਨਾ ਉਹ ਜ਼ੀਰੋ ਰਹਿ ਜਾਣ ਰਾਤੋ ਰਾਤ ਹੀਰੋ ਬਣਿਆ ਬੰਦਾ ਜ਼ੀਰੋ ਬਣ ਜਣਾ ਤੋ ਪਲੀਜ਼ ਬਦਿਆਂ ਨੂੰ ਸੁਣੋ ਚੰਗੇ ਨੂੰ ਸੁਣੋ ਚੰਗੇ ਗਾਣਿਆਂ ਨੂੰ ਜਿਹੜਾ ਤੁਹਾਡੇ ਪਰਿਵਾਰ ਦੇ ਵਿੱਚ ਸਾਡੀ ਕੋਸ਼ਿਸ਼ ਇਹੀ ਰਹੇਗੀ ਇਹ ਵੀ ਨਹੀਂ ਕਿ ਬਿਲਕੁਲ ਪਰਿਵਾਰਿਕ ਕਿਉਂਕਿ ਵਕਤ ਦੇ ਨਾਲ-ਨਾਲ ਚੱਲ ਰਹੇ ਆ ਠੀਕ ਹੈ ਜੀ ਆਨ ਵਾਲੇ ਟਾਈਮ 'ਚ ਤੁਸੀਂ ਇੱਕ ਵੈਬ ਸੀਰੀਜ਼ ਆ ਰਹੀ ਹੈ ਜੀ ਤੀਜਾ ਨੂੰ ਗਵਰੀ ਦੇਖਿਆ ਕਰੋ ਉਹਦੇ ਵਿੱਚ ਮੇਰਾ ਇੱਕ ਸੌਂਗ ਆ ਰਿਹਾ ਫਿਲਮਾਂ ਆ ਚਾਰੀਆਂ ਬਸ ਹੁਣ ਕੰਟੀਨਿਊ ਚੱਲਦਾ ਗਾਣੇ ਆਪਣੇ ਡੂਇਟ ਵੀ ਆਣ ਤੁਹਾਡੀ ਫਿਲਮਾਂ ਲਈ ਸਾਡੀਆਂ ਵੈਸਟ ਬਿਸਿਸ ਥੈਂਕ ਯੂ ਜੀ ਥੈਂਕ ਯੂ ਸੋ ਮਚ ਬਾਕੀ ਜਾਨ ਵਕਤ ਇੱਕ ਕੋਈ ਵੀ ਤੁਹਾਡੇ ਦਿਲ ਦੇ ਕਰੀਬ ਦੋ ਬੋਲ ਗੀਤੇ ਸਾਂਝੇ ਸਾਡੇ ਨਾਲ ਜਰੂਰ ਕਰੋ ਹਾਂਜੀ ਮੈਂ ਦੋ ਬੋਲ ਸੁਣਾਨੀ ਆ ਤੁਹਾਨੂੰ ਗੁਲਾਮ ਅਲੀ ਜੀ ਦਾ ਸੁਣਾ ਦਿੰਨੀ ਆ ਮੈਂ ਤੁਹਾਨੂੰ ਵਾਹ ਜੀ ਵਾਹ ਤੇ ਰੋਲੇ ਗਿਆ ਦਿਲ ਦਾ ਜਾਨੀ ਹੋ ਰੋਲੇ ਗਿਆ ਦਿਲ ਦਾ ਜਾਨੀ ਕਿ ਬੁੱਤ ਸਾਨੂੰ ਚੁਕਣਾ ਪਿਆ ਰੂ ਲੈ ਗਿਆ ਹੋ ਦਿਲ ਦਜਾਨੀ ਜੇ ਤੂੰ ਸਾਡੇ ਘਰ ਸਜਣਾ ਨਿਆਣਾ ਜੇ ਤੂੰ ਸਾਡੇ ਘਰ ਸਜਣਾ ਤੇ ਤੂੰ ਸਾਡੇ ਕਰ ਸਜਣਾ ਨਾ ਨੀ ਆਣਾ ਯਾਦਾ ਨੂੰ ਵੀ ਰੱਖ ਸਾਂਭ ਕੇ ਰੱਖ ਸਾਂਭ ਕੇ ਹੋਰ ਹੋ ਲਹਿ ਗਿਆ ਸ시ਕਾਲ ਜੀ ਸਾਜ ਆਪਣਾ ਚੈਨਲ ਦੀ ਸਾਰੀ ਟੀਮ ਨੂੰ ਤੇ ਮੇਰੇ ਸਰੋਤਿਆਂ ਨੂੰ ਪਿਆ ਸਾਰਿਆਂ ਨੂੰ ਪਿਆਰ ਜੀ ਐਦਾ ਹੀ ਆਪਣਾ ਪਿਆਰ ਬਣਾਈ ਰੱਖੋ ਤੇ ਗਾਣੇ ਸੁਣਦੇ ਰਹੋ ਬਰਮੁਡਾ ਥੈਂਕ ਯੂ ਜੀ ਬਹੁਤ ਬਹੁਤ ਆਲਿਆ ਜੀ ਥੈਂਕ ਯੂ ਓਕੇ ਥੈਂਕ ਯੂ ਥੈਂਕ ਯੂ ਸੋ ਮਚ